ਹਾਂਜੀ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ ਤੁਹਾਡੇ ਆਪਣੇ YouTube ਕਾਸਟ ਚੈਨਲ ਦੇ ਉੱਤੇ ਜਿੱਦਾਂ ਕਿ ਤੁਹਾਨੂੰ ਨਾਸ ਵੀਡੀਓ ਤੁਹਾਡੇ ਵਿੱਚ ਦੱਸਿਆ ਸੀ ਕਿ ਲੈਂਗੁਏਜ ਕੋਰਸ ਤੇ ਜਿਹੜੀ ਅਸੀਂ ਵੀਡੀਓ ਬਣਾਈ ਹੈ ਤੁਹਾਡੇ ਵਾਸਤੇ ਉਹਦਾ ਇਹ ਸੈਕੰਡ ਪਾਰਟ ਸੀ ਬਣਾਉ ਜਾ ਰਹੇ ਹਾਂ ਅੱਜ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗੇ ਤੁਸੀਂ ਕਿੱਦਾਂ ਅਪਲਾਈ ਕਰਨਾ ਕਿੱਥੇ ਤੁਸੀਂ ਸੀਵੀ ਆਪਣਾ ਤਿਆਰ ਕਰ ਸਕਦੇ ਹੋ ਕਿੱਥੋਂ ਅਸੀਂ ਤੁਸੀਂ ਅਪਾਇੰਟਮੈਂਟ ਲੈ ਸਕਦੇ ਹੋ ਕਿਹੜੇ ਸਕੂਲ ਤੋਂ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਸਾਰੇ ਵੀ ਪ੍ਰੂਫ ਲਾਈਵ ਤੁਹਾਨੂੰ ਦੱਸੇ ਜਾਣਗੇ ਚੈਕਲਿਸਟ ਵੀ ਤੁਹਾਨੂੰ ਦੱਸੀ ਜਾਏਗੀ ਲਾਈਵ ਦੇ ਵਿੱਚ ਤੇ ਚੈਕਲਿਸਟ ਵੀ ਤੁਹਾਨੂੰ ਸਾਰੀ ਐਕਸਪਲੇਨ ਕੀਤੀ ਜਾਏਗੀ ਲਾਈਵ ਦੇ ਵਿੱਚ ਤੇ ਚੈਨਲ ਤੇ ਬਣੇ ਰਿਹਾ ਕਰੋ ਤੇ ਜਿਹੜੇ ਬੰਦੇ ਵੀ ਵੀਡੀਓ ਨੂੰ ਐਂਡ ਤੱਕ ਨਹੀਂ ਦੇਖਣਾ ਚਾਹੁੰਦੇ ਤੇ ਉਹ ਪਲੀਜ਼ ਆਪਣਾ ਵੀ ਵਕਤ जाया ਨਾ ਕਰੋ 5-7 ਮਿੰਟ ਉਹ ਕਿਉਂਕਿ ਐਂਡ ਤੱਕ ਤੁਹਾਨੂੰ ਵੀਡੀਓ ਦੇਖੋਗੇ ਤੇ ਫੇਰ ਹੀ ਸਮਝ ਆਣੀ ਹੈ ਕਮੈਂਟ ਬਾਕਸ ਦੇ ਵਿੱਚ ਜਾਂ ਮੈਸੇਜ ਕਰਨ ਤੋਂ ਪਹਿਲਾਂ ਪਹਿਲਾਂ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਹਰ ਇੱਕ ਪੁਆਇੰਟ ਸਮਝਿਆ ਕਰੋ ਤੇ ਫਿਰ ਜਾ ਕੇ ਤੁਸੀਂ ਐਂਡ ਦੇ ਵਿੱਚ ਕਮੈਂਟ ਮੈਂਟ ਰਿਆ ਕਰੋ ਫਿਰ ਅਸੀਂ ਤੁਹਾਡੀ ਹੈਲਪ ਵੀ ਅੱਗੇ ਕਰਾਂਗੇ ਬਾਕੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਜਿਹੜਾ ਸਾਰਿਆਂ ਦਾ ਮੈਂ ਹੌਲੀ ਹੌਲੀ ਰਿਪਲਾਈ ਕਰਦਾ ਵਾਂ WhatsApp ਦੇ ਉੱਤੇ ਨੰਬਰ ਤੁਹਾਡੇ ਕੋ ਮੇਰਾ ਹੈਗਾ ਪਰ ਮੈਨੂੰ ਔਨ ਦੀ سپورਟ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਜਾਂ ਫੋਨ ਆਉਂਦੇ ਨੇ ਤੇ ਸਾਰਿਆਂ ਦਾ ਇਕੱਲੇ-ਇਕੱਲੇ ਦਾ ਨਹੀਂ ਰਿਪਲਾਈ ਕਰ ਹੁੰਦਾ ਜੇ ਫਿਰ ਵੀ ਕਿਸੇ ਨੂੰ ਰਿਪਲਾਈ ਨਹੀਂ ਗਿਆ ਹੋਵੇ ਤੇ ਕੋਸ਼ਿਸ਼ ਮੈਂ ਆਪਣੇ ਵੱਲੋਂ ਪੂਰੀ ਕਰਦਾ ਕਿ ਹਰ ਇੱਕ ਬੰਦੇ ਦਾ ਰਿਪਲਾਈ ਦੇ ਸਕਾਂ ਲੈਂਗੁਏਜ ਕੋਰਸ ਕਰਨ ਦੇ ਅਕੋਰਡਿੰਗ ਜਿੱਦਾਂ ਕਿ ਮੈਨੂੰ ਜ਼ਿਆਦਾਤਰ ਕੁਐਸਚਨ ਆਏ ਨੇ ਕਿ ਤੁਸੀਂ ਵਰਕ ਤੇ ਐਜ਼ ਏ ਨੀਬਨ ਜੋਬ ਕਰ ਸਕਦੇ ਹੋ ਤੁਸੀਂ ਪਾਰਟ ਟਾਈਮ ਜੋਬ ਕਰ ਸਕਦੇ ਹੋ ਹਾਂਜੀ ਮੇਰੇ ਵੀਰੋ ਪਹਿਲਾਂ ਤੇ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਪਾਰਟ ਟਾਈਮ ਜੋਬ ਕਰ ਸਕਦੇ ਹੋ ਐਵੇਂ ਜੈਂਟਾ ਦੇ ਚੱਕਰਾਂ 'ਚ ਨਾ ਪਿਆ ਕਰੋ ਉਹਨਾਂ ਨੇ ਫਿਰ ਤੁਹਾਡੇ ਪੈਸੇ ਠੱਗ ਲੈਣੇ ਨੇ ਤੇ ਫਿਰ ਤੁਸੀਂ ਜਾ ਕੇ ਉੱਤੇ ਥੱਲੇ ਮੂੰਹ ਦੇਖਣਾ ਆਪਣੇ ਪੰਜਾਬੀਆਂ ਨੂੰ ਇਦਾਂ ਹੈਗਾ ਕਿ ਪੰਜਾਬੀ ਚੱਕ ਚੱਕੋ ਪੈਸਾ ਇੱਕ 5 ਰੁਪਏ ਦਾ ਕੰਮ ਹੁੰਦਾ ਤੇ ਉਹਦੇ ਤੇ ਵੀ ਤੁਸੀਂ ਭੈਣ 100 ਰੁਪਿਆ ਲਾ ਦਿੰਦੇ ਹੋ ਮੈਨੂੰ ਤੇ ਤੁਹਾਡੇ ਦਿਮਾਗ ਦੀ ਨਹੀਂ ਪਹਿਲੀ ਗੱਲ ਸਮਝ ਆਂਦੀ ਤੁਹਾਨੂੰ ਜਦੋਂ ਚੈਕਲਿਸਟ ਦੇ ਦਿੱਤੀ ਆ ਤੁਸੀਂ ਸਾਰਾ ਕੁਝ ਡਾਕੂਮੈਂਟ ਆਪ ਤਿਆਰ ਕਰ ਸਕਦੇ ਹੋ ਆਪਣਾ ਕੰਮ ਕਰਨ ਦੀ ਬਜਾਏ ਤੁਸੀਂ ਉਹੀ ਕੰਮ ਸਾਡੇ ਨਾਲ ਕਰਦੇ ਹੋ ਜਿਹੜੇ ਕੰਮ ਤੋਂ ਅਸੀਂ ਤੁਹਾਨੂੰ ਹਟਾਣੇ ਆ ਕਿ ਤੁਸੀਂ ਜੰਟਾ ਕੋ ਨਾ ਜਾਓ ਏਜੰਟ ਤੋਂ ਬਚੋ ਪੈਸੇ ਦੀ ਠੱਗੀ ਤੋਂ ਬਚੋ ਤੇ ਤੁਸੀਂ ਭਾਜੀ ਸਾਨੂੰ ਹੀ ਆਪਸ਼ਨ ਦਿੰਦੇ ਹੋ ਕਿ ਅਸੀਂ ਤੁਹਾਨੂੰ ਪੈਸਾ ਦੇ ਦਿੰਨੇ ਆ ਤੇ ਸਾਡੀ ਫਾਈਲ ਤਿਆਰ ਕਰਕੇ ਲਵਾ ਦਿਓ ਮੇਰੇ ਵੀਡੀਓ ਤੇ ਮੇਰੀ ਭੈਣੋ ਆਪਣਾ ਕੰਮ ਆਪ ਤਿਆਰ ਕਰੋ ਅਸੀਂ ਤੁਹਾਨੂੰ ਗਾਈਡੈਂਸ ਦਾਂਗੇ ਜੇ ਜਿਹੜੀ ਤੁਹਾਡੇ ਕੋਲ ਸੀਵੀ ਨਹੀਂ ਬੰਦਾ ਤਾਂ ਸੋ ਅਸੀਂ ਤੁਹਾਨੂੰ ਉਹ ਵੀ ਮੈਂ ਅੱਜ ਬਿੱਦ ਪ੍ਰੂਫ ਦੱਸਾਂਗਾ ਕਿਤੇ ਤੁਸੀਂ ਸੀਵੀ ਤਿਆਰ ਕਰ ਸਕਦੇ ਹੋ ਇੰਗਲਿਸ਼ ਦੇ ਵਿੱਚ ਕਿੱਥੇ ਤੁਸੀਂ ਆਪਣਾ ਮੋਟੀਵੇਸ਼ਨ ਲੈਟਰ ਤਿਆਰ ਕਰ ਸਕਦੇ ਹੋ ਕਿਦਾਂ ਤੁਸੀਂ ਅਪੌਇੰਟਮੈਂਟ ਲੈ ਸਕਦੇ ਹੋ ਕਿਹੜੇ ਸਕੂਲ ਤੇ ਤੁਸੀਂ ਆਨਲਾਈਨ ਜਾ ਕੇ ਐਡਮਿਸ਼ਨ ਲੈ ਸਕਦੇ ਹੋ ਸਾਰਾ ਕੁਝ ਤੁਹਾਨੂੰ ਜੇ ਮੈਂ ਆਨਲਾਈਨ ਕਲੀਅਰ ਕਰਾਂਗਾ ਸਾਰਾ ਕੁਝ ਤੁਸੀਂ ਜੇ ਸਟੈਪ ਬਾਈ ਸਟੈਪ ਵੀਡੀਓ ਦੇਖੋਗੇ ਤੇ ਅੱਜ ਤੁਹਾਨੂੰ ਸਮਝ ਆ ਜਾਏਗੀ ਚਲੋ ਕਰਦੇ ਹਾਂ ਪਹਿਲਾਂ ਤੇ ਵੀਡੀਓ ਦੀ ਸ਼ੁਰੂਆਤ ਆਪਣੇ ਅੱਜ ਤੁਹਾਡੇ ਜੇ ਮੋਟੀਵੇਸ਼ਨ ਲੈਟਰ ਦੇ ਨਾਲ ਜਿਹੜਾ ਵੀ ਤੁਸੀਂ ਮੋਟੀਵੇਸ਼ਨ ਲੈਟਰ ਤਿਆਰ ਕਰੋਗੇ ਉਹਦੇ ਤੇ ਪਲੀਜ਼ ਆਪਣਾ ਖਿਆਲ ਰੱਖਿਓ ਕਿ ਤੁਹਾਨੂੰ ਜਿਹੜਾ ਵੀ ਬੰਦਾ ਲੈਂਗੁਏਜ ਲਈ ਅਪਲਾਈ ਕਰਨਾ ਚਾਹੁੰਦਾ ਉਹਦੀ ਇੰਗਲਿਸ਼ ਥੋੜੀ ਇੰਪਰੂਵਮੈਂਟ ਹੋਣੀ ਚਾਹੀਦੀ ਹੈ ਉਹਨੂੰ ਥੋੜੀ ਬਹੁਤ ਇੰਗਲਿਸ਼ ਆਂਦੀ ਹੋਣੀ ਚਾਹੀਦੀ ਹੈ ਮੈਨੂੰ ਕਿੰਨੇ ਬੰਦਿਆਂ ਨੇ ਕੀਤਾ ਕਿ ਇੰਗਲਿਸ਼ ਆਣੀ ਚਾਹੀਦੀ ਜਾਂ ਨਹੀਂ ਉਹਨੂੰ ਇੰਗਲਿਸ਼ ਸਪੀਕਿੰਗ ਫਲੂਐਂਟ ਇੰਗਲਿਸ਼ ਨਹੀਂ ਆਣੀ ਚਾਹੀਦੀ ਪਰ ਉਹਨੂੰ ਆਲਰੇਡੀ ਜਿਹੜੀ ਗ੍ਰੁਨ ਕੈਂਥਨਿਸ ਹੁੰਦੀ ਜਿਹੜੀ ਬੇਸਿਕ ਇੰਗਲਿਸ਼ ਹੈ ਉਹਦੇ ਤੋਂ ਥੋੜੀ ਵਧੀਆ ਆਣੀ ਚਾਹੀਦੀ ਐ ਐਜ਼ ਐ 5.5 ਬੈਂਡਸ ਵਾਲੀ ਨਾ ਕਿਉਂਕਿ ਤੁਹਾਨੂੰ ਜਦੋਂ ਤੁਸੀਂ ਆਪਣਾ ਪੇਪਰ ਸਬਮਿਟ ਕਰਵਾਣੇ ਨੇ ਆਪਣੀ ਫਾਈਲ ਸਬਮਿਟ ਕਰਵਾਣੀ ਹੈ ਉੱਥੇ ਤੁਹਾਡੇ ਕੋਲ ਇੰਗਲਿਸ਼ ਚ ਕੁਐਸਚਨ ਵੀ ਪੁੱਛੇ ਜਾਣੇ ਨੇ ਕਿਹੜੇ ਕੁਐਸਚਨ ਪੁੱਛੇ ਜਾਣੇ ਨੇ ਕਮੈਂਟ ਬਾਕਸ ਦੇ ਵਿੱਚ ਮੈਨੂੰ ਕਮੈਂਟ ਕਰੋ ਤਾਂ ਮੈਂ ਤੁਹਾਨੂੰ ਜ਼ਰੂਰ ਉਹਦੇ ਜਿੰਨੇ ਵੀ ਕੁਐਸਚਨ ਹਾਂ ਤੱਕ ਮੇਰੇ ਕੰਟੈਕਟ ਦੇ ਵਿੱਚ ਪਸੰਦ ਆਏ ਨੇ ਸਾਰੇ ਮੈਂਸ਼ਨ ਕੀਤੇ ਜਾਣਗੇ ਉਹਦੇ ਤੇ ਵੀ ਐਕਸਟਰਾ ਚਲੋ ਚੱਲੀਏ ਹੁਣ ਪਹਿਲਾਂ ਤੇ ਲੈਪਟਾਪ ਦੇਵੇ ਤੁਹਾਨੂੰ ਸਟੈਪ ਬਾਈ ਸਟੈਪ ਮੈਂ ਦੱਸਦਾਵਾਂ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਵੀਡੀਓ ਨੂੰ ਕਰਿਆ ਕਰੋ ਲਾਈਕ ਸ਼ੇਅਰ ਸਾਰਿਆਂ ਨਾਲ ਤਾਂ ਕਿ ਸਾਰਿਆਂ ਦੀ ਮਦਦ ਹੋ ਸਕੇ ਚਲੋ ਮਿਲਦੇ ਹਾਂ ਤੁਹਾਨੂੰ ਲੈਪਟਾਪ ਸਕਰੀਨ ਦੇ ਉੱਤੇ ਹਾਂਜੀ ਤੁਸੀਂ ਆ ਚੁੱਕੇ ਹੋ ਹੁਣ ਮੇਰੇ ਲੈਪਟਾਪ ਤੇ ਮੇਰੇ ਲੈਪਟਾਪ ਤੇ ਪਹਿਲਾਂ ਜਿਹੜੀਆਂ ਚੀਜ਼ਾਂ ਹੈਗੀਆਂ ਸੀ ਮੈਂ ਉਹਨਾਂ ਨੂੰ शो ਕਰਾਂਗਾ ਸਰਨਾ ਪਹਿਲਾਂ ਚਲਦੇ ਆ ਸਿਰ ਚੈਕਲਿਸਟ ਦੇ ਉੱਤੇ ਨਾ ਚੈਕਲਿਸਟ ਅਕੋਰਡਿੰਗ ਜਿਹੜਾ ਵੀ ਲੈਂਗੁਏਜ ਕੋਰਸ ਦਾ ਤੁਹਾਨੂੰ ਦਾ ਸਹੀ ਚੈਕਲਿਸਟ ਮੈਂ ਸ਼ੋ ਕਰਵਾਈ ਸੀ ਤੁਹਾਨੂੰ ਚੈਕਲਿਸਟ ਮਿਲ ਜੇਗੀ ਮੇਰੀ ਡਿਸਕ੍ਰਿਪਸ਼ਨ ਦੇ ਵਿੱਚ ਚੈਕਲਿਸਟ ਨੂੰ ਤੁਸੀਂ ਆਲਰੇਡੀ ਡਾਊਨਲੋਡ ਵੀ ਕਰ ਸਕਦੇ ਹੋ ਤੁਸੀਂ ਭਾਵੇਂ ਔਨਲਾਈਨ ਜਾ ਕੇ ਚੈੱਕ ਵੀ ਕਰ ਸਕਦੇ ਹੋ ਇਹ ਜਿਹੜੀ ਹੈਗੇ ਜਰਮਨ ਦੀ ਚੈਕਲਿਸਟ ਹੈ ਤੁਹਾਨੂੰ ਮੈਂ ਸ਼ੋ ਕਰ ਦਿੰਦਾ ਹਾਂ ਚੈਕਲਿਸਟ ਇਹ ਤੁਸੀਂ ਚੈੱਕ ਨਿਟਸ ਦੇ ਸਕਦੇ ਹੋ ਆਟੋਮੈਟਿਕਲੀ ਇਦੇ ਵਿੱਚ ਜਿਹੜਾ ਦੱਸਿਆ ਗਿਆ ਪਹਿਲਾਂ ਤੁਹਾਨੂੰ ਵੈਲਿਡ ਪਾਸਪੋਰਟ ਚਾਹੀਦਾ 10 ਸਾਲ ਲਾਸਟ 10000 ਦੇ ਵਿੱਚ ਦੇ ਦੋ ਪੇਜ ਐਮਪਟੀ ਹੋਣੇ ਚਾਹੀਦੇ ਨੇ ਜਿਹੜੇ ਪਿਛਲੇ 10 ਸਾਲਾਂ ਦੇ ਵਿੱਚ ਇਸ਼ੂ ਹੋਏ ਹੋਣ ਚਾਹੀਦੇ ਤੇ ਉੱਤੇ ਦੋ ਪੇਜ ਐਮਪਟੀ ਹੋਣੇ ਚਾਹੀਦੇ ਆ ਦੂਸਰਾ ਐਪਲੀਕੇਸ਼ਨ ਫਾਰਮ ਹੈ ਐਪਲੀਕੇਸ਼ਨ ਫਾਰਮ ਦਾ ਵੀ ਮੈਂ ਆਲਰੇਡੀ ਤੁਹਾਨੂੰ ਕੀ ਕਹਿੰਦੇ ਨੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਵੀਡੈਕਸ ਤੋਂ ਜਾ ਕੇ ਆਨਲਾਈਨ ਫਾਰਮ ਭਰਨਾ ਐਥੂ ਫਾਰਮ ਨਹੀਂ ਭਰਨਾ ਤੁਸੀਂ ਡਿਕਲੇਰੇਸ਼ਨ ਫਾਰਮ ਜਿਹੜਾ ਇਹ ਹੁੰਦਾ ਐਡੀਸ਼ਨਲ ਕੰਟੈਕਟ ਦਾ ਜਿਹੜਾ ਤੁਹਾਡਾ ਏ ਫਾਰਮ ਤੁਸੀਂ ਇੱਥੇ ਡਾਊਨਲੋਡ ਕਰ ਸਕਦੇ ਹੋ ਚੈੱਕ ਨੈਸ ਤੋਂ ਇਹ ਤੁਸੀਂ ਫਿਲਪ ਕਰ ਸਕਦੇ ਹੋ ਇਹਦੇ ਵਿੱਚ ਨੋਰਮਲੀ ਤੁਸੀਂ ਆਪਣਾ ਕੰਟੈਕਟ ਡਾਟਾ ਦੇਣਾ ਹੁੰਦਾ ਹੈ ਜਿਹੜਾ ਐਮਰਜੈਂਸੀ ਦੇ ਵਿੱਚ ਤੁਹਾਨੂੰ ਰਿਪਰੈਜ਼ੈਂਟ ਕਰ ਸਕੇ ਜੇ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਸੰਪਰਕ ਨਾ ਹੋਏ ਤੇ ਹੋਰ ਕਿਸੇ ਨਾਲ ਸੰਪਰਕ ਹੋ ਸਕੇ ਦੋ ਕਰੰਟ ਫੋਟੋ ਚਾਹੀਦੀਆਂ ਤੁਹਾਨੂੰ ਪਾਸਪੋਰਟ ਸਾਈਜ਼ ਫੋਟੋ ਚਾਹੀਦੀ ਆ ਤੁਸੀਂ ਸਰਚ ਕਰ ਸਕਦੇ ਹੋ ਤੁਸੀਂ ਜਰਮਨ ਪਾਸਪੋਰਟ ਫੋਟੋ ਸਾਈਜ਼ ਲਿਖ ਕੇ ਤੇ ਆਲਰੇਡੀ ਤੁਸੀਂ ਉਹ ਤੁਹਾਨੂੰ ਸਾਈਜ਼ ਆ ਜਾਵੇਗਾ ਉਹ ਤੇ ਸਾਈਟ ਜਦੋਂ ਆ ਜਾਂਦਾ ਹੈ ਤੇ ਤੁਸੀਂ ਆਲਰੇਡੀ ਉਹਦੀ ਫੋਟੋ ਤੁਹਾਨੂੰ ਤੁਸੀਂ ਪੇਸਟ ਕਰਨੀ ਹੈ ਕਾਪੀ ਆਫ ਪਾਸਪੋਰਟ ਡਾਟਾ ਤੁਹਾਨੂੰ ਇਹ ਦੋ ਫੋਟੋ ਕਾਪੀਆਂ ਚਾਹੀਦੀਆਂ ਨੇ ਤੁਹਾਨੂੰ ਪਾਸਪੋਰਟ ਦੀਆਂ ਡਾਟਾ ਸਾਈਜ਼ ਦੀਆਂ ਇਹ 4 ਪੇਜ ਦੀਆਂ ਲੈਂਗੁਏਜ ਕੋਰਸ ਕਨਫਰਮੇਸ਼ਨ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਕੋਈ ਵੀ ਤੁਸੀਂ ਲੈਂਗੁਏਜ ਕੋਰਸ ਲੈਂਦੇ ਹੋ ਉਹ ਘੱਟ ਤੋਂ ਘੱਟ 18 ਘੰਟੇ ਹਫ਼ਤੇ ਦੇ ਵਿੱਚ ਹੋਣਾ ਚਾਹੀਦਾ ਵੀਕਐਂਡ ਨਹੀਂ ਹੋਣਾ ਚਾਹੀਦਾ ਨਾ ਹੀ ਈਵਨਿੰਗ ਕੋਰਸ ਹੋਣਾ ਚਾਹੀਦਾ ਇੱਥੇ ਉਹਨਾਂ ਨੇ ਐਕਸਟਰਾ ਲਿਖਿਆ 9 ਵੀਕਐਂਡ ਤੇ اور نو ਈਵਨਿੰਗ ਕੋਰਸ ਜਦੋਂ ਤੁਸੀਂ ਲੈਂਗੁਏਜ ਕੋਰਸ ਬੁੱਕ ਕਰੋਗੇ ਆਪਣੇ ਲਈ ਤੇ ਉਹਦੇ ਵਿੱਚ ਖਿਆਲ ਹਮੇਸ਼ਾ ਰੱਖਣਾ ਹੈ ਕਿ ਘੱਟ ਤੋਂ ਘੱਟ 18 ਘੰਟੇ ਦਾ ਕੋਰਸ ਹੋਏ ਤੁਹਾਡਾ ਮੰਡੇ ਟੂ ਫਰਡੇ ਕੋਰਸ ਹੋਏ ਤੁਹਾਡਾ 8 ਵਜੇ ਤੋਂ ਸਟਾਰਟ ਹੋਏ 1 ਵਜੇ ਖਤਮ ਹੋਏ ਕਿਉਂਕਿ ਵਿੱਚ ਬ੍ਰੇਕ ਵੀ ਹੁੰਦੀ ਹੈ 1:10 ਮਿੰਟ ਤੇ ਸ਼ਾਇਦ ਆਈ ਥਿੰਕ ਸੋ ਖਤਮ ਹੋ ਜਾਂਦਾ ਔਰ ਅਕੋਰਡਿੰਗ ਤੁਸੀਂ ਕੋਰਸ ਲੋ ਆਪਣਾ ਤੇ ਵੀਕਐਂਡ ਦਾ ਕੋਈ ਕੋਰਸ ਨਹੀਂ ਲੈਣਾ ਪਹਿਲਾਂ ਹੀ ਦੱਸਦਾ ਉੱਤੇ ਕੋਈ ਵੀਜ਼ਾ ਨਹੀਂ ਮਿਲਣਾ ਤੁਹਾਨੂੰ ਈਵਨਿੰਗ ਕੋਰਸ ਵੀ ਤੁਸੀਂ ਨਹੀਂ ਲੈਣਾ ਈਵਨਿੰਗ ਕੋਰਸ ਤੇ ਵੀ ਤੁਹਾਨੂੰ ਵੀਜ਼ਾ ਨਹੀਂ ਮਿਲਣਾ ਤੁਹਾਨੂੰ proof of payment of of the language course ਇਹ ਤੇ ਇੰਗਲਿਸ਼ ਦੇ ਵਿੱਚ ਇਹ ਮੈਨੂੰ ਲੱਗਦਾ ਆਲਰੇਡੀ ਸਾਰਿਆਂ ਨੂੰ ਸਮਝ ਆ ਜਾਂਦਾ ਹੋਵੇਗਾ ਕਿ ਤੁਸੀਂ ਪ੍ਰੂਫ ਲਗਾਣਾ ਹੈ ਕਿ ਤੁਸੀਂ ਕੋਰਸ ਆਪਣਾ ਪਹਿਲਾਂ ਪ੍ਰੀ ਪੇ ਕਰ ਚੁੱਕੇ ਹੋ ਤੁਸੀਂ ਜਦੋਂ ਪੇ ਕੋਰਸ ਬੁੱਕ ਕਰਦੇ ਹੋ ਤੁਸੀਂ ਆਲਰੇਡੀ ਮੈਂ ਤੁਹਾਨੂੰ ਅੱਜ ਸ਼ੋਅ ਕਰਵਾਵਾਂਗਾ ਤੇ ਜੇ ਤੁਸੀਂ ਕੋਰਸ ਬੁੱਕ ਕਰਦੇ ਹੋ ਪੇਮੈਂਟ ਕਰਦੇ ਹੋ ਆਲਰੇਡੀ ਉਹਦੀ ਤੇ ਤੁਹਾਨੂੰ ਇੱਕ ਕਨਫਰਮੇਸ਼ਨ ਤੁਹਾਨੂੰ ਮਿਲ ਜਾਂਦੀ ਹੈ ਔਰ ਜਿਹੜੀ ਨਾ ਔਰ ਜਿਹੜੀ ਤੁਹਾਨੂੰ ਪੇਮੈਂਟ ਦੀ ਕਨਫਰਮੇਸ਼ਨ ਮਿਲ ਜਾਂਦੀ ਹੈ ਤੁਸੀਂ ਉਹ ਦਿਖਾਣਾ ਪ੍ਰੂਫ ਆਫ ਫਾਈਨੈਂਸ਼ੀਅਲ ਮੀਨਸ ਜਿਹੜਾ ਤੁਹਾਡਾ ਕਵਰ ਕੋਸਟ ਹੁੰਦੀ ਤਾਂ ਲਿਵਿੰਗ ਕੋਸਟ ਹੁੰਦੀ ਉਹਨੂੰ ਕਵਰ ਕਰਨ ਵਾਸਤੇ ਤੁਹਾਡੇ ਸਾਹਮਣੇ ਮੈਂ ਚੈਕਲਿਸਟ ਦੇ ਵਿੱਚ ਦਿਖਾਤਾ ਹੈ অলরেਡੀ ਤੁਹਾਡੇ ਕੋਲ ਤਿੰਨ ਆਪਸ਼ਨ ਹੈ ਗਏ ਨੇ ਫਰਫਲੇਸਟਿੰਗ ਦਾ ਕਲੇਰ ਉਹਨੂੰ ਕਹਿੰਦੇ ਨੇ ਸਪான்ਸਰ ਲਿਵਿੰਗ ਇਨ ਜਰਮਨੀ ਜੇ ਤੁਹਾਡਾ ਕੋਈ ਬੰਦਾ ਰਹਿੰਦਾ ਹੋ ਤੁਹਾਨੂੰ ਸਪான்ਸਰ ਲੈਟਰ ਵੀ ਕਰ ਸਕਦਾ ਹੈ ਫਸਟ ਆਫ ਸ਼ਪੈਕ ਹੋਂਤੋ ਸ਼ਪੈਕ ਹੋਂਤੋ ਨੂੰ ਕਿਹਾ ਜਾਂਦਾ ਬਲੌਕ ਅਕਾਊਂਟ ਬਲੌਕ ਅਕਾਊਂਟ ਤੁਸੀਂ ਕਿੱਥੇ ਆਪਣਾ ਖਲਵਾ ਸਕਦੇ ਹੋ ਉਹ ਤੁਹਾਨੂੰ অলরেਡੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਜਾਏਗਾ ਕਿਹੜੀਆਂ ਵੈਬਸਾਈਟਾਂ ਦੇ ਵਿੱਚ ਤੁਸੀਂ ਬਲੌਕ ਅਕਾਊਂਟ ਆਪਣਾ ਖਲਵਾ ਸਕਦੇ ਹੋ ਪਰੂਫ ਆਫ ਜਰਮਨ ਜਾਂ ਤੇ ਤੁਹਾਡਾ ਕੋ ਜਰਮਨ ਹੈਗਾ ਏਓ ਸਕਾਲਰਸ਼ਿਪ ਔਰ ਸਟਿਪੈਂਡ ਸਟ੍ਰੀਪੈਂਡ ਹੁੰਦਾ ਕਿ ਆਲਰੇਡੀ ਜੇ ਤੁਹਾਨੂੰ ਸਕਾਲਰਸ਼ਿਪ ਤੁਹਾਨੂੰ ਯੂਰੋਪ ਤੋਂ ਹੀ ਮਿਲੀ ਹੈ ਤੇ ਸਟਿਪੈਂਡ ਹੁੰਦਾ ਜਿੱਦਾਂ ਯੂਨੀਵਰਸਿਟੀ ਹੁੰਦੀਆਂ ਨੇ ਉਹ ਤੁਹਾਨੂੰ ਐਸ ਜਿੱਦਾਂ ਕੋਈ ਸੰਸਥਾ ਹੁੰਦੀ ਉਹ ਤੁਹਾਨੂੰ ਸਟਿਪੈਂਡ ਪ੍ਰੋਵਾਈਡ ਕਰੇ ਤੇ ਤੁਹਾਡਾ ਖਰਚਾ ਚੱਕਣ ਲਈ ਤਿਆਰ ਹੋਏ ਉਹ ਵੀ ਤੁਹਾਨੂੰ ਐਦੇ ਜੇ ਇਹਦੇ ਤੁਹਾਨੂੰ ਸਕਾਲਰਸ਼ਿਪ ਤੇ ਮੈਂ ਜਿੰਨਾਂ ਦਾ ਵੀ ਅਪਲਾਈ ਕੀਤਾ ਅੱਜ ਤੱਕ ਸਿਰਫ ਇੱਕ ਚਾਂਸ ਦੇਖਿਆ ਇੱਕ ਮੁੰਡੇ ਨੂੰ ਸਕਾਲਰਸ਼ਿਪ ਮਿਲੀ ਸੀ ਉਹਦੇ ਤੇ ਉਹਨਾਂ ਨੇ ਫਿਰ ਵੀ ਉਹਨਾਂ ਨੇ ਰੀਕੋਗਨਾਈਜ਼ ਉਹਨੂੰ ਕੀਤਾ ਪਰ ਫਿਰ ਵੀ ਉਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਆਲਰੇਡੀ ਫਫਲਿਸਟਿੰਗ ਕਲੀਅਰੰਸ ਚਾਹੀਦੀ ਹੈ ਐਜ਼ ਅ ਸਿਕਿਉਰਟੀ ਵਾਸਤੇ ਫਿਰ ਉਹਨੇ ਆਲਰੇਡੀ ਜਿਹੜਾ ਜਿਨ੍ਹਾਂ ਨੇ ਸਕਾਲਰਸ਼ਿਪ ਹੀ ਜੀ ਉਹਨਾਂ ਨੇ ਆਲਰੇਡੀ ਉਹਦੇ ਵਾਸਤੇ ਫਫਲਿਸਟਿੰਗ ਕਲੀਅਰ ਨੂੰ ਸਪான்ਸਰ ਲਿਵਿੰਗ ਲੈਟਰ ਤਿਆਰ ਕਰਾ ਕੇ ਉਹਨਾਂ ਨੂੰ ਭੇਜਿਆ ਤੇ ਫੇਰ ਜਾ ਕੇ ਉਹਦਾ ਵੀਜ਼ਾ ਜਿਹੜਾ ਹੈ ਉਹ ਤੇ ਇੰਪਰੂਵ ਸੌਰੀ ਅਪਰੂਵ ਹੋਇਆ ਇੰਡੀਆ ਦੇ ਉਦੇ ਵਿੱਚੋਂ ਫਿਰ ਡਿਊਲੀ ਸਾਈਨ ਮੋਟੀਵੇਸ਼ਨ ਲੈਟਰ ਸਟੇਟਮੈਂਟ ਆਫ ਪਰਪਸ ਜਿਹੜਾ ਤੁਸੀਂ ਮੋਟੀਵੇਸ਼ਨ ਲੈਟਰ ਤਿਆਰ ਕਰਨਾ ਹੈ ਮੋਟੀਵੇਸ਼ਨ ਲੈਟਰ ਮੇ ਕੋ ਇਸ ਟਾਈਮ ਜਦੋਂ ਤੁਸੀਂ ਬਣਾਓਗੇ ਉਹ ਤੁਹਾਨੂੰ ਮੈਂ ਦੱਸ ਦਾਂਗਾ ਤੁਸੀਂ ਕਿੱਦਾਂ ਬਣਾ ਸਕਦੇ ਹੋ ਉਹਦੇ ਲਈ ਵੀ ਐਕਸਟਰਾ ਵੀਡੀਓ ਪੂਰੀ ਮੈਂ ਲੈ ਕੇ ਆਵਾਂਗਾ ਮੋਟੀਵੇਸ਼ਨ ਲੈਟਰ ਵਾਸਤੇ ਪਰ ਅੱਜ ਤੁਹਾਨੂੰ ਸ਼ੋਅ ਕਰਾ ਦਾਂਗਾ ਕਿ ਜਿਹੜੀਆਂ ਮੋਟੇ ਥੋੜੀਆਂ-ਥੋੜੀਆਂ ਚੀਜ਼ਾਂ ਕਿੱਦਾਂ ਹੋਣੀਆਂ ਚਾਹੀਦੀਆਂ ਨੇ ਸਟੇਟਮੈਂਟ ਆਫ ਪਰਪਸ ਉਹਦੇ ਵਿੱਚ ਤੁਸੀਂ ਆਪਣਾ ਪਰਪਸ ਦੇਣਾ ਕਿ ਤੁਸੀਂ ਕਦੋਂ ਲੈਂਗੁਏਜ ਸਿੱਖਣ ਜਰਮਨ ਜਾਣਾ ਚਾਹੁੰਦੇ ਹੋ ਪ੍ਰੂਫ ਆਫ ਨੋਲੇਜ ਆਫ ਜਰਮਨ ਤانوں ਜੀ ਜਰਮਨ ਦੇ ਵਿੱਚ ਤੁਸੀਂ A1 ਕਲਾਸਾਂ ਲਗਾਈਆਂ ਨੇ A2 ਕਲਾਸਾਂ ਲਗਾਈਆਂ ਨੇ ਜਾਂ ਉਹ ਤੁਹਾਡੇ ਲਈ ਬੈਨੀਫੀਸ਼ੀਅਲ ਹੈਗਾ ਤੁਸੀਂ ਭਾਵੇਂ ਟੈਸਟ ਦਿੱਤਾ ਚਾਹੇ ਨਹੀਂ ਦਿੱਤਾ ਜੇ ਇਹਦੇ ਟੈਸਟ ਦਿੱਤਾ ਤਾਂ ਤੁਸੀਂ ਆਲਰੇਡੀ ਦੱਸ ਸਕਦੇ ਹੋ ਜੇ ਤੁਹਾਨੂੰ ਹੀ ਨੋਲਜ ਹੈਗੀ ਤੁਹਾਨੂੰ ਤੁਸੀਂ ਦੱਸ ਸਕਦੇ ਹੋ ਕਿ ਮੈਨੂੰ ਬੇਸਿਕ ਨੋਲਜ ਹੈ ਮੈਂ ਵਿਜ਼ਿਟ ਕੀਤਾ ਸੀ ਆ ਸਕੂਲ 'ਚ ਪਰ ਟੈਸਟ ਨਹੀਂ ਕੀਤਾ ਉਹ ਤੇ ਆਲਰੇਡੀ ਜਿਹੜਾ ਜਿਹੜਾ ਇਹ ਡਾਕੂਮੈਂਟ ਹੈਗਾ ਬੀਟਾ ਦਾ curriculum vitae ਇਹ ਤੁਹਾਨੂੰ ਮੈਂ ਆਲਰੇਡੀ ਗੂਗਲ ਤੇ ਦਿਖਾ ਦਾਂਗਾ ਇਹ ਸਿਰਫ ਨੋਰਮਲ ਇੱਕ ਬਾਇਓ ਡਾਟਾ ਹੁੰਦਾ ਜਿੱਦਾਂ ਕਹਿ ਦਿੰਦੇ ਆ ਉਹਨਾਂ ਕਿ ਤੁਸੀਂ ਐਡਰੈਸ ਮਤਲਬ ਕਿ ਫਿਲ ਅਪ ਕਰਨਾ ਹੁੰਦਾ ਇਹਦੇ ਤੁਸੀਂ ਆਪਣਾ ਨਾਮ ਭਰਨਾ ਹੁੰਦਾ ਕਿਹੜੇ ਸਕੂਲੇ ਤੁਸੀਂ ਚੱਲੇ ਹੋ ਨੇ ਸਕੂਲ ਦਾ ਐਡਰੈਸ ਪੇ ਕਰਨਾ ਹੁੰਦਾ ਤੁਸੀਂ ਉੱਥੇ ਤੇ ਲਿਵਿੰਗ ਕੋਸਟ ਤੁਸੀਂ ਲੈ ਕੇ ਚੱਲੇ ਜੇ ਨਹੀਂ ਬਸ ਉਹ ਵਿੱਚ ਫਿਲ ਅਪ ਕਰਨਾ ਹੁੰਦਾ ਹੋਰ ਕੋਈ ਇਹਦੇ ਵਿੱਚ ਮਸਲਾ ਨਹੀਂ ਹੈਗਾ ਨੋਰਮਲ ਤੁਸੀਂ ਪੀ ਕਰ ਸਕਦੇ ਹੋ ਪਰੂਫ ਆਫ ਐਜੂਕੇਸ਼ਨ ਓਬਟੇਨਡ ਸੋ ਫਾਰ ਮਤਲਬ ਕਿ ਤੁਸੀਂ ਆਲਰੇਡੀ ਐਜੂਕੇਸ਼ਨ ਪ੍ਰੋਵਾਈਡ ਜਿੰਨੀ ਕੀਤੀ ਮਤਲਬ ਕਿ ਪ੍ਰੋਵਾਈਡ ਤੁਹਾਡੇ ਮਦਰ ਜਾਂ ਫਾਦਰ ਤੁਹਾਡੇ ਪੇਰੈਂਟਸ ਨੇ ਕਰਵਾਈ ਹੈ ਤੁਹਾਨੂੰ ਪਲੱਸ 2 ਕੀਤੀ ਹੈ ਤੁਸੀਂ 10th ਕੀਤੀ ਹੈ ਜਾਂ ਤੁਸੀਂ ਜਾਂ ਤੁਸੀਂ ਬੀਚਲਾ ਕਰਕੇ ਆ ਰਹੇ ਹੋ ਜਾਂ ਤੁਸੀਂ ਮਾਸਟਰ ਕਰਕੇ ਆ ਰਹੇ ਹੋ ਪਲੀਜ਼ ਤੁਸੀਂ ਜ਼ਰੂਰ ਉਹਦਾ ਪ੍ਰੂਫ ਨਾਲ ਲਗਾਉਣਾ ਹੈਗਾ ਇਹ ਤੁਹਾਡੇ ਵਾਸਤੇ ਹੈਗਾ ਜੇ ਕਨਫਰਮੇਸ਼ਨ ਪੇਪਰ ਵੀ ਇਸ ਏਮਪਲੋਇਰ ਜੇ ਤੁਸੀਂ ਏਮਪਲੋਇਰ ਰਹੇ ਹੋ ਤੁਸੀਂ ਕੰਮ ਕੀਤਾ ਹੈ ਤੇ ਉਹਦੇ ਵਾਸਤੇ ਵੀ ਕਨਫਰਮੇਸ਼ਨ ਲੈਟਰ ਤੁਹਾਨੂੰ ਆਲਰੇਡੀ ਮਿਲ ਜਾਂਦਾ ਤੁਹਾਨੂੰ ਤੇ অলরেডি ਤੁਸੀਂ ਕੰਫਰਮੇਸ਼ਨ ਲੈਟਰ ਬਣਾਉਣਾ ਹੈਗਾ ਤੇ ਬਾਕੀ ਟ੍ਰੈਵਲ ਹੈਲਥ ਇੰਸ਼ੋਰੈਂਸ ਟ੍ਰੈਵਲ ਹੈਲਥ ਇੰਸ਼ੋਰੈਂਸ ਇਹਦਾ ਹੈ ਕਿ অলরেডি ਤੁਸੀਂ ਜੇ ਤੁਸੀਂ 90 ਡੇਸ ਦਾ ਤੁਹਾਨੂੰ ਪਹਿਲਾਂ ਚਾਹੀਦਾ ਫਿਰ ਤੁਸੀਂ ਇੱਥੇ ਆਣ ਕੇ ਚੂਜ਼ ਕਰ ਸਕਦੇ ਹੋ ਕਿ ਤੁਸੀਂ ਜਰਮਨ ਦਾ ਲੈਣਾ ਜਾਂ ਕਿਹੜਾ ਮੇਰੀ ਜਿਹੜੀ ਤੁਹਾਨੂੰ ਪਹਿਲੀ ਜਿਹੜੀ ਕਹਿੰਦੇ ਟਿਪਸ ਹੁੰਦੀ ਹੈ ਉਹੀ ਕਹਾਂਗਾ ਟ੍ਰੈਵਲ ਇੰਸ਼ੋਰੈਂਸ ਤੁਸੀਂ 90 ਡੇਸ ਦਾ ਕਰਵਾ ਲਿਓ ਤੁਸੀਂ ਟ੍ਰੈਵਲ ਇੰਸ਼ੋਰੈਂਸ ਕਰਵਾ ਲਿਓ ਆਪਣਾ 90 ਡੇਸ ਦਾ ਤੇ 90 ਡੇਸ ਦਾ ਟ੍ਰੈਵਲ ਇੰਸ਼ੋਰੈਂਸ ਕਰਵਾਉਣ ਤੋਂ ਬਾਅਦ ਤੁਸੀਂ ਇੱਥੇ ਆਣ ਕੇ ਜਰਮਨ ਚ ਜਿਹੜਾ ਤੁਹਾਨੂੰ ਹੋ ਸਕਦਾ ਉੱਥੇ ਤੁਹਾਨੂੰ ਮਹਿੰਗਾ ਮਿਲਦਾ ਹੈ ਇੱਥੇ ਤੁਹਾਨੂੰ ਕੋਸਟ ਦੇ ਅਕੋਰਡਿੰਗ ਥੋੜਾ ਸਟੂਡੈਂਟ ਸਸਤਾ ਮਿਲ ਜੇ ਨਾ ਤੁਸੀਂ ਐਜ਼ ਅ ਸਟੂਡੈਂਟ ਤੁਹਾਨੂੰ ਇੱਥੇ ਬੈਨੀਫੀਸ਼ੀਅਲ ਕਾਫੀ ਮਿਲਦੇ ਨੇ ਤੁਸੀਂ ਇੱਥੋਂ ਔਕਾ ਹੈਗਾ ਕਰੰਕਨ ਕਾਸਤੇ ਤੁਸੀਂ ਉਹਨੂੰ ਕਹਿ ਕੇ ਤੇ ਤੁਸੀਂ ਆਪਣਾ ਕਰਵਾ ਸਕਦੇ ਹੋ ਸਿਰਫ ਇਹ ਤੁਹਾਡਾ ਹੈਗਾ ਤੇ ਥੱਲੇ ਆਲਰੇਡੀ ਉਹਨਾਂ ਲਿਖਿਆ ਪਲੀਜ਼ ਪ੍ਰਪੇਅਰ ਟੂ ਆਇਡੈਂਟੀ ਇਕਲ ਸੈਟਸ ਆਫ ਆਫ ਐਪਲੀਕੇਸ਼ਨ ਜਿਹੜੀ ਵੀ ਤੁਸੀਂ ਆ ਪੂਰੀ ਚੈਕਲਿਸਟ ਤਿਆਰ ਕਰਨੀ ਆ ਸਾਰੇ ਡਾਕੂਮੈਂਟ ਤਿਆ ਕਾਪੀ ਬਣਾ ਕੇ ਫਿਰ ਇੱਕ ਸਾਰੇ ਡਾਕੂਮੈਂਟਾਂ ਦੀ ਇੱਕ ਇੱਕ ਕਾਪੀ ਕਰਵਾ ਕੇ ਐਕਸਟਰਾ ਦੋ ਫਾਈਲਾਂ ਤਿਆਰ ਕਰਨੀਆਂ ਨੇ ਇੱਕ origignal ਦੇ ਵਿੱਚ ਇੱਕ ਨਾਲ ਕਾਪੀ ਦੇ ਵਿੱਚ ਉਹ ਇੱਕ ਆਪਣੇ ਕੋ ਰੱਖਦੇ ਨੇ BFS ਵਾਲੇ ਤੇ ਇੱਕ ਤੁਹਾਡੀ ਅੱਗੇ ਸੈਂਡ ਕਰ ਦਿੱਤੀ ਜਾਂਦੀ ਆ ਤੇ ਉਹ ਜਸਟ ਐਸ ਅ ਪ੍ਰੂਫ ਹੁੰਦੀ ਆ ਆਲਰੇਡੀ ਕਿ ਤੁਹਾਡਾ ਜਿਹੜਾ ਜੇ ਤੁਹਾਡਾ ਕੋਈ ਵੀ ਡਾਕੂਮੈਂਟ ਗਮ ਹੋ ਜਾਂਦਾ ਤੇ ਉਹ ਕਾਪੀ ਦੇ ਵਿੱਚ ਲਗਾ ਕੇ ਤੁਹਾਨੂੰ ਦਿੱਤਾ ਜਾਏ ਤੇ ਮੇਰੇ ਫੋਨ ਦੇ ਵਿੱਚ ਵੀ ਆਲਰੇਡੀ ਇਹੀ ਆ ਸ਼ਾਸਤ ਵੀਰ ਆ ਤੁਹਾਡੇ ਸਾਹਮਣੇ ਹੁਣ ਤੁਸੀਂ ਦੇਖ ਸਕਦੇ ਹੋ ਮੈਨੂੰ ਫੋਨ ਮੈਸੇਜ ਕਿੰਨੇ ਆ ਰਹੇ ਨੇ ਤਾਂ ਕਰਕੇ ਮੈਂ ਜਵਾਬ ਨਹੀਂ ਦੇ ਪਾਂਦਾ ਬਾਕੀ ਜਿਹੜਾ ਬੰਦਾ ਹੁਣ ਜਿਹੜੇ ਬੰਦੇ ਨੇ ਸੀਵੀ ਤਿਆਰ ਕਰਨੀ ਆ ਉਹ ਬੰਦਾ ਪਹਿਲਾਂ ਸੀਵੀ ਆਪਣੀ ਤੇ ਕਰਾ ਸਕਦਾ ਮਤਲਬ ਕਿ ਆਲਰੇਡੀ ਮੈਂ ਤੁਹਾਨੂੰ ਸਾਈਟ ਦੱਸ ਦਾਂਗਾ ਕਿ ਆਪਣੇ ਬੰਦਿਆਂ ਨੂੰ ਜੇ ਕਦੀ ਵੀ ਕੋਈ ਫਿਲਮ ਦੇਖਣੀ ਹੋਵੇ ਨਾ ਕੋਈ ਨਵੀਂ ਫਿਲਮ ਆ ਜੇ ਤੇ ਮਿੰਟੋ-ਮਿੰਟ ਬੰਦੇ Google ਤੇ ਜਾ ਕੇ ਸਰਚ ਕਰ ਲੈਂਦੇ ਨੇ ਕਿ ਕੇਜੀਐਫ 3 ਕਿਦੋਂ ਆਣੀ ਜਾਂ ਸਲਾਰ ਕਿਦੋਂ ਆਣੀ ਜਾਂ ਕੀ ਕਹਿੰਦੇ ਨੇ ਕਿ ਪੀਗ ਰਿਵਾਲ ਦੀ ਤੇ ਦਿਲਜੀਤ ਦੀ ਫਿਲਮ ਕਿਦੋਂ ਆਣੀ ਜਦੋਂ ਇਹਨਾਂ ਨੂੰ ਕੋਈ ਕੰਮ ਦੀ ਗੱਲ ਕਹਿ ਦੋ ਨਾ ਕਿ ਤੁਸੀਂ ਆ ਚੈੱਕ ਲਿਸਟ ਦੇ ਦਿੱਤੀ ਐ ਇਹਦੇ ਅਕੋਰਡਿੰਗ ਡਾਕੂਮੈਂਟ ਤਿਆਰ ਕਰ ਲਓ ਫਿਰ ਇਹਨਾਂ ਨੂੰ ਬਸ ਇਹ ਹੁੰਦਾ ਕਿ ਸਾਨੂੰ ਸਾਡੀ ਫਾਈਲ ਵੀ ਪੂਰੀ ਤਿਆਰ ਕਰਕੇ ਦਿੱਤੀ ਜਾਏ ਤੁਸੀਂ ਆਲਰੇਡੀ ਜਾਓ Google ਦੇ ਉੱਤੇ ਤੁਸੀਂ ਜਾਓ Chrome ਖੋਲੋ ਆਪਣਾ ਗੂਗਲ ਦੇ ਉੱਤੇ ਜਾਓ ਤੇ ਆਲਰੇਡੀ ਤੁਸੀਂ ਇਹਦੇ ਤੇ ਲਿਖੋ ਕਿ ਮੈਂ ਸੀ ਵੀ ਆਪਣਾ ਕਿੱਦਾਂ ਤਿਆਰ ਕਰ ਸਕਦਾ ਰੈਜ਼ਿਊਮ ਕਿੱਦਾਂ ਬਣਾ ਸਕਦਾ ਆਲਰੇਡੀ ਤੁਹਾਨੂੰ ਕਿੰਨੀਆਂ ਵੈਬਸਾਈਟਾਂ ਮਿਲ ਜਾਣਗੀਆਂ ਜਿਹੜਾ ਕੋ ਫਾਰਮੈਟ ਤਿਆਰ ਹੁੰਦੇ ਨੇ ਤੇ ਆਲਰੇਡੀ ਫਾਰਮੈਟ ਨੂੰ ਤੁਸੀਂ ਲੈ ਕੇ ਸਿਰਫ ਉਹਨੂੰ ਐਡਿਟ ਕਰਕੇ ਆਪਣਾ ਲੀਵ ਸਲੋਪ ਆਪਣਾ ਸੀ ਵੀ ਤਿਆਰ ਕਰ ਸਕਦੇ ਹੋ ਇੰਨਾ ਕਿ ਤੇ ਪਲੀਜ਼ ਆਪਣਾ ਦਿਮਾਗ ਲਗਾਇਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਕਿ ਹਰ ਇੱਕ ਚੀਜ਼ ਜਿਹੜੀ ਤੁਹਾਨੂੰ ਇਸ ਟਾਈਮ ਮਿਲ ਸਕੇ ਹੋਣ ਗੱਲ ਕਰਦੇ ਆ ਜਿਨ੍ਹਾਂ ਨੇ ਆਪਣਾ ਪਹਿਲਾ ਸਕੂਲ ਤੁਸੀਂ ਸਕੂਲ ਦੀ ਐਡਮਿਸ਼ਨ ਕਿਦਾਂ ਲੈਣੀ ਜਿਹੜਾ ਆਨਲਾਈਨ ਸਕੂਲ ਐਡਮਿਸ਼ਨ ਲੈਂਦੇ ਹੋ ਤੁਸੀਂ ਇਹ VH S ਫ੍ਰੈਂਕਫਰਟ ਸਕੂਲ ਹੈਗਾ ਇਹ ਨੋਰਮਲ ਸਾਰੇ ਹੀ ਆਟੋਮੈਟਿਕਲੀ ਤੁਹਾਨੂੰ ਐਡਰੈਸ ਵੀ ਇੱਥੇ ਮਿਲ ਜੇਗਾ ਉਹਨਾਂ ਦਾ ਨੰਬਰ ਵੀ ਤੁਹਾਨੂੰ ਮਿਲ ਜੇਗਾ ਤੇ ਆਲਰੇਡੀ ਤੁਸੀਂ ਉਹਨਾਂ ਨੂੰ ਈਮੇਲ ਵੀ ਕਰ ਸਕਦੇ ਹੋ ਐਸ ਈਮੇਲ ਕੰਟੈਕਟ ਵੀ ਕਰ ਸਕਦੇ ਹੋ ਤੁਸੀਂ ਉਹਨਾਂ ਨੂੰ ਜੇ ਤੁਹਾਡਾ ਕੋਈ ਜਰਮਨ ਚ ਰਹਿੰਦਾ ਫੋਨ ਉੱਥੇ ਭੇਜ ਵੀ ਸਕਦੇ ਹੋ ਇਹ ਹਰ ਇੱਕ ਸਿਟੀ ਚ ਆਲਰੇਡੀ ਤੁਹਾਨੂੰ ਸਟੈਂਡਰਡ ਸਕੂਲ ਮਿਲ ਜਾਂਦਾ ਹੈ ਤੁਸੀਂ ਇਹਨੂੰ ਸਰਚ ਕਰੋ ਜੇ ਤੁਹਾਨੂੰ ਨਹੀਂ ਕੋਈ ਹੈਗਾ ਤੁਸੀਂ ਇੱਥੇ ਜਾ ਕੇ ਆਲਰੇਡੀ ਇੰਗਲਿਸ਼ ਵਿੱਚ ਵੀ ਤੁਸੀਂ ਕਰ ਸਕਦੇ ਹੋ ਮੈਂ ਤਾਂ ਨੋਨ ਇੰਗਲਿਸ਼ ਚ ਤਾਂ ਹੀ ਟਰਾਂਸਲੇਟ ਕਰਦਾ ਪਿਆ ਕਿਉਂਕਿ ਆਲਰੇਡੀ ਕਿੰਨਾ ਹੀ ਕਿੰਨਾ ਹੀ ਉਹਦੇ ਵਿੱਚ ਨਾ ਫਰਕ ਹੁੰਦਾ ਮੈਂ ਤੁਹਾਨੂੰ ਇੰਗਲਿਸ਼ ਟਰਾਂਸਲੇਟ ਕਰਕੇ ਦਿਖਾ ਦਿੰਦਾ ਵਾਂ ਇਹ ਦੇਖੋ ਇਹ ਉੰਤਨ ਤੁਹਾਡੇ ਸਾਹਮਣੇ ਇੰਗਲਿਸ਼ ਦੇ ਵਿੱਚ ਆ ਗਿਆ ਇੰਗਲਿਸ਼ ਦੇ ਵਿੱਚ ਆਣ ਕੇ ਜਿੱਥੇ ਲਿਖਿਆ ਕੋਰਸ ਆਫਰਿੰਗ ਤੁਸੀਂ ਕੋਰਸ ਆਫਰਿੰਗ ਤੇ ਜਾ ਕੇ ਚੱਲ ਜਾਣਾ ਫਿਰ ਆਲਰੇਡੀ ਤੁਹਾਨੂੰ ਏ ਇੰਗਲਿਸ਼ ਵਿੱਚ ਆਲਰੇਡੀ ਹੋਣਾ ਹੈ ਕੋਰਸ ਆਫਨਿੰਗ ਦੇ ਵਿੱਚ ਆ ਕੇ ਤੁਹਾਨੂੰ ਆਟੋਮੈਟਿਕਲੀ ਸਟਾਰਟਿੰਗ ਸੋਨ ਜਿਹੜੇ ਕੋਰਸ ਨੇ ਉਹਨਾਂ ਕੋ ਸਾਰੇ ਹੀ ਤੁਹਾਨੂੰ ਸ਼ੋ ਹੋਣਗੇ ਤੁਸੀਂ ਆਲਰੇਡੀ ਇੱਥੇ ਜਾਣਾ ਹੈ ਜਰਮਨ ਐਜ਼ ਏ ਫੋਰਨਰ ਲੈਂਗੁਏਜ ਤੁਸੀਂ ਜਾਣਾ ਜਰਮਨ ਐਜ਼ ਏ ਫੋਰਨਰ ਤੁਸੀਂ ਇਹਨੂੰ ਚੂਜ਼ ਕਰਨਾ ਇਹਨੂੰ ਚੂਜ਼ ਕਰਕੇ ਤੁਸੀਂ ਆਲਰੇਡੀ ਥੱਲੇ ਜਾਣਾ ਤੁਸੀਂ ਇਹਨੂੰ ਕਰ ਦੇਣਾ ਸਿੱਖ ਫਿਰ 올ਰੀ ਆ ਗਿਆ ਤੁਹਾਨੂੰ 올ਰੀ ਫਿਰ ਤੁਸੀਂ ਇੱਥੇ ਇੱਥੇ ਤੁਸੀਂ ਜੋ ਵੀ ਚੇਂਜ ਕਰਨਾ ਕਰ ਸਕਦੇ ਹੋ ਸਟਾਰਟ ਮੈਂ ਡਿਪੈਂਡ ਕਰਾਂਗਾ ਤੁਸੀਂ ਇੰਦਾ ਮਾਰਨਿੰਗ ਜਿਹੜਾ ਮਾਰਨਿੰਗ ਟਾਈਮ ਹੁੰਦਾ ਤੁਹਾਡਾ ਲੈਂਗੁਏਜ ਲੈਵਲ ਤੁਸੀਂ ਸਟਾਰਟ ਕਰਨਾ A1 ਲੈਵਲ ਤੋਂ ਤੁਸੀਂ ਸਟਾਰਟ ਕਰ ਸਕਦੇ ਹੋ ਲੈਂਗੁਏਜ ਕੋਰਸ ਆਪਣਾ ਤੇ ਇਹ ਤੇ ਉਹਨਾਂ ਦੇ ਜਿਹੜੇ ਜਿਹੜਾ ਹੈਗਾ ਸਾਰਿਆਂ ਦਾ 올ਰੀ ਆਟੋਮੈਟਿਕਲੀ ਉਹਨਾਂ ਨੇ ਤੁਹਾਨੂੰ ਦੱਸਿਆ ਹੋਇਆ ਵੱਖਰਾ ਵੱਖਰਾ ਕਿ ਤੁਸੀਂ ਕਿੱਥੋਂ ਤੇ ਕਿੱਥੋਂ ਕੋਰਸ ਆਪਣਾ ਸਾਰਾ ਸਟਾਰਟਿੰਗ ਕਰ ਸਕਦੇ ਹੋ ਆਲਰੇਡੀ ਨਾ ਹੁਣ ਇਹਦੇ ਵਿੱਚ ਦੱਸਿਆ ਗਿਆ ਹੈ ਕਿ 28 ਅਕਤੂਬਰ ਨੂੰ 2024 ਨੂੰ ਇੱਕ ਕੋਰਸ ਸਟਾਰਟ ਹੋਣ ਜਾ ਰਿਹਾ ਹੈ A1 ਲੈਵਲ ਤੋਂ A1.A1 ਲੈਵਲ ਤੋਂ ਸੀਟ ਅਵੇਲੇਬਲ ਹੈ ਗਿਆ ਨੇ ਇਹ ਕੋਰਸ ਤੁਸੀਂ ਕਲਿੱਕ ਕਰਕੇ ਆਰਡੀਟਰ ਤੁਸੀਂ ਉਹਨਾਂ ਨੂੰ ਇਹਦਾ ਸਕਰੀਨਸ਼ਾਟ ਭੇਜੋ ਉਹਨਾਂ ਨਾਲ ਮੈਂ ਗੱਲ ਵੀ ਕਰਕੇ ਆਇਆ ਸੀ ਉਹ ਕਹਿੰਦੇ ਮੇਰੇ ਇੱਥੇ ਕੰਟੈਕਟ ਦੇ ਵਿੱਚ ਸਾਰੇ ਗੁੰਡਾ ਦੇ ਕੰਟੈਕਟ ਰਾ ਦਿੰਦਾ ਤੁਹਾਨੂੰ ਮਿਲ ਜਾਂਦੇ ਨੇ ਤੁਸੀਂ ਉਹਨਾਂ ਨੂੰ ਇਹਦਾ ਸਕਰੀਨਸ਼ਾਟ ਭੇਜੋ ਤੇ ਤੁਸੀਂ ਉਹਨਾਂ ਨੂੰ ਕੋ ਅਸੀਂ ਸਾਨੂੰ ਚਾਹੀਦਾ ਵੀਜ਼ਾ ਕੋਰਸ ਤੈਨੂੰ ਚਾਹੀਦਾ ਫੁੱਲ ਲੈਂਗੁਏਜ ਕੋਰਸ ਤੇ ਫਿਰ ਆਲਰੇਡੀ ਤੁਹਾਨੂੰ ਉਹ ਜਿਹੜਾ ਕੋਰਸ ਪ੍ਰੋਵਾਈਡ ਕਰਦੇ ਨੇ ਉਹ ਦੀ ਤੁਹਾਨੂੰ ਪਹਿਲਾਂ ਇੱਕ ਚੈਕਲਿਸਟ ਭੇਜੀ ਜਾਏਗੀ ਉਹਦੇ ਵਿੱਚ ਉਹਦੇ ਤੋਂ ਤੁਸੀਂ ਆਨਲਾਈਨ ਟੈਸਟ ਦੇਣਾ ਹੁੰਦਾ ਆਨਲਾਈਨ ਟੈਸਟ ਦੇ ਕੇ ਜੇ ਤੁਸੀਂ ਨਹੀਂ ਤੁਸੀਂ ਸਟਾਰਟਿੰਗ ਤੋਂ ਸਟਾਰਟ ਕਰਨਾ ਤੇ ਉਹ ਤੁਹਾਡੇ ਲਈ ਨਹੀਂ ਜ਼ਿਆਦਾ ਜ਼ਰੂਰੀ ਹੁੰਦਾ ਕਿਉਂਕਿ ਤੁਸੀਂ ਉਹਨਾਂ ਨੂੰ ਆਲਰੇਡੀ ਕਹਿ ਸਕਦੇ ਹੋ ਕਿ ਅਸੀਂ ਸਟਾਰਟਿੰਗ ਤੋਂ ਸਟਾਰਟ ਕਰਨੀ ਲੈਂਗੁਏਜ ਤੇ ਫਿਰ ਤੁਸੀਂ ਤੁਹਾਨੂੰ ਇੱਕ ਉਹਨਾਂ ਨੇ ਟਰੈਲਿਸ ਲਿੰਕ ਤੇ ਦਿੱਤਾ ਜਾਏਗਾ অলরেডি ਉਹ ਤੇ ਤੁਹਾਡੇ ਕੋਲ ਲਿੰਕ ਓਪਨ ਕਰੋਗੇ ਲਿੰਕ ਨੂੰ ਓਪਨ ਕਰਕੇ ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ ਤੁਸੀਂ ਸਾਰੀ ਇਨਫੋਰਮੇਸ਼ਨ ਕਨਫਰਮ ਕਨਫਰਮ ਕਰੋਗੇ ਕਨਫਰਮ ਕਰਕੇ ਤੁਹਾਡੇ ਨਾਮ ਦਾ ਤੁਸੀਂ ਸਾਰਾ ਕੁਝ ਜਦੋਂ ਈਮੇਲ ਕਰਨੀ ਹੈ ਤੁਸੀਂ ਆਪਣਾ ਨਾਮ ਨੂੰ ਸਾਰਾ ਕੁਝ ਲਿਖ ਕੇ ਉਹਨਾਂ ਨੂੰ ਭੇਜਣਾ ਉਹ অলরেਡੀ ਤੁਹਾਡੇ ਨਾਮ ਦੇ ਅਕੋਰਡਿੰਗ ਉਹਨਾਂ ਨੇ ਬਣਾਇਆ ਹੁੰਦਾ ਲਿੰਕ ਜਦੋਂ ਤੁਹਾਨੂੰ ਭੇਜਦੇ ਨਾ ਉਹਦੇ ਸਾਰਾ ਕੁਝ ਲਿਖਿਆ ਹੁੰਦਾ ਮੈਂ ਤੁਹਾਨੂੰ ਉਹ ਪੇਜ ਵੀ ਦਿਖਾ ਦਿੰਦਾ ਉਹਨੂੰ ਕਹਿੰਦੇ ਅਨਮੈਲਡਿੰਗ ਬਿ ਸਟੇਟਿੰਗ ਜਦੋਂ ਅਨਮੈਲਡਿੰਗ ਕਨਫਰਮੇਸ਼ਨ ਤੁਹਾਨੂੰ ਉਹ ਉਹ ਵੀ ਤੁਹਾਨੂੰ ਮਿਲਦਾ ਹੈ ਤੇ ਤੁਹਾਨੂੰ ਫੀਸ ਦਾ ਜਿਹੜਾ ਉਹ ਵੀ ਤੁਹਾਨੂੰ ਕਨਫਰਮੇਸ਼ਨ ਮਿਲ ਜਾਂਦਾ ਇੱਥੇ ਜਿੱਦੇ ਜਾ ਕੇ ਤੁਸੀਂ ਜਰਮਨ ਵਿੱਚ ਆਲਰੇਡੀ ਉਹਨਾਂ ਲਿਖਿਆ ਹੈਗਾ ਕਿ ਜਦੋਂ ਜਦੋਂ ਕੋਰਸ ਸਟਾਰਟ ਹੋਣੇ ਤੋਂ ਅਸੀਂ ਕਰ ਸਕਦੇ ਹੋ ਤੁਸੀਂ ਆਲਰੇਡੀ ਚੈੱਕ ਕਰ ਸਕਦੇ ਹੋ ਜਿਹੜਾ ਵੀ ਕੋਰਸ ਤੁਸੀਂ ਕਰਨਾ ਹੈ ਕ੍ਰੀਤੇ ਜਾ ਕੇ ਆਲਰੇਡੀ ਉਹਨਾਂ ਨੂੰ ਕੰਟੈਕਟ ਵੀ ਕਰ ਸਕਦੇ ਹੋ ਕੰਟੈਕਟ ਕਰਕੇ ਇੱਥੇ ਤੁਸੀਂ ਉਹਨਾਂ ਨੇ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਕਿ ਤੁਸੀਂ ਆਪਣਾ ਸਾਨੂੰ ਜੇ ਜਿਹੜੇ ਬੰਦੇ ਕੋਈ ਨਈਮਲ ਐਡਰੈਸ ਭੇਜੁੰਦਾ ਜਾਂ ਨਹੀਂ ਕੁਝ ਵੀ ਸਾਨੂੰ ਭੇਜਦਾ ਆਲਰੇਡੀ ਤੁਸੀਂ ਆਪਣਾ ਫਰਸਟ ਨੇਮ ਲਿਖੋ ਤੁਹਾਨੂੰ ਮੈਂ ਇੰਗਲਿਸ਼ ਸੌਰੀ ਅਤੇ ਆਪਣਾ ਫਰਸਟ ਨੇਮ ਲਾਸਟ ਨੇਮ ਈਮੇਲ ਐਡਰੈਸ ਤੇ ਆਪਣਾ ਮੈਸੇਜ ਪਾ ਕੇ ਉਹਨਾਂ ਨਾਲ ਕੰਟੈਕਟ ਕਰੋ ਤੇ ਉਹ ਤੁਹਾਨੂੰ ਆਪ ਕਹਿੰਦੇ ਨੇ ਅਸੀਂ ਤੁਹਾਨੂੰ ਵੀਜ਼ਾ ਕੋਰਸ ਆਫਰ ਕਰਾਂਗੇ ਆਲਰੇਡੀ ਉਹ ਤੁਹਾਨੂੰ ਨਾਲ ਕਨੈਕਟ ਕਰਦੇ ਨੇ ਬਾਕੀ ਇਸ ਤੋਂ ਬਾਅਦ ਮੈਂ ਤੁਹਾਨੂੰ ਹੋਰ ਵੀ ਦੱਸ ਦਿੰਨਾ ਹੋਰ ਕਿਹੜੇ ਇੱਥੇ ਸਕੂਲ ਲੱਗੇ ਨੇ ਜਿਹੜੇ ਇੰਡੀਆ ਦੇ ਵਿੱਚੋਂ ਤੁਸੀਂ ਜਾ ਕੇ ਕਰ ਸਕਦੇ ਹੋ ਕੁਆਰਟੇਨ ਇੰਸਟੀਚੂਟ ਹੈਗਾ ਤੁਹਾਡੇ ਲਾਗੇ ਕੁਆਰਟੇਨ ਇੰਸਟੀਚੂਟ ਇਹ ਉਹਦੀ ਲੈਂਗੁਏਜ ਹੈ ਇਹਨੂੰ ਕਿਹਾ ਜਾਂਦਾ ਹੈ ਕੁਆਰਟੇਨ ਇੰਸਟੀਚੂਟ ਆਲਰੇਡੀ ਲੈਂਗੁਏਜ ਜ ਇੰਗਲਿਸ਼ ਆਲਰੇਡੀ ਕੀਤੀ ਹੋਈ ਹੈ ਜਰਮਨ ਲੈਂਗੁਏਜ ਵਿੱਚ ਇਹ ਤੁਹਾਨੂੰ ਆਲਰੇਡੀ ਪ੍ਰੋਵਾਈਡ ਹੋ ਜਾਏਗਾ ਜਿਹੜੀ ਤੁਸੀਂ ਕੰਟਰੀ ਦੇ ਵਿੱਚ ਕਰਨਾ ਹੈ ਤੁਸੀਂ ਆਲਰੇਡੀ ਦੇਖ ਸਕਦੇ ਹੋ ਲਰਨ ਜਰਮਨ ਜਿਹੜੀ ਲੈਂਗੁਏਜ ਤੁਸੀਂ ਆਲਰੇਡੀ ਦੇਖਣਾ ਤੁਸੀਂ ਇੱਥੇ ਜਰਮਨ ਪਾਓਗੇ ਤੁਹਾਨੂੰ ਆਲਰੇਡੀ ਆ ਜਾਏਗਾ ਆਨਲਾਈਨ ਪ੍ਰੋਫੈਸ਼ਨਲ ਜਰਮਨ ਕੋਰਸਿਸ ਜਰਮਨ ਕੋਰਸਿਸ ਤੇ ਕਲਿੱਕ ਕਰੋ A1 ਤੋਂ C2 ਤੱਕ ਕਰਵਾਉਂਦੇ ਨੇ ਕੋਰਸ ਤੁਹਾਨੂੰ ਇੱਥੇ ਤੁਸੀਂ ਆਪਣੀ ਕੰਟਰੀ ਸਿਲੈਕਟ ਕਰਨੀ ਜਿੱਦਾਂ ਤੁਸੀਂ ਜਰਮਨ ਚ ਕਰਨਾ ਚਾਹੁੰਦੇ ਹੋ ਤੁਸੀਂ ਜਰਮਨੀ ਸਿਲੈਕਟ ਕਰ ਸਕਦੇ ਹੋ ਆਲਰੇਡੀ ਤੇ ਤੁਹਾਨੂੰ ਆਲਰੇਡੀ ਇੱਥੇ ਲੈਂਗੁਏਜ ਲੋਕੇਸ਼ਨ ਤੁਸੀਂ ਆਪਣੀ ਪਾ ਸਕਦੇ ਹੋ ਕਿ ਤੁਸੀਂ ਕਿਹੜੀ ਸਿਟੀ ਦੇ ਵਿੱਚ ਕਰਨਾ ਜਿੱਦਾਂ ਮੈਂ ਐਸ ਦੇ ਫ੍ਰੈਂਕਫਰਟ ਲੈ ਨਾਵਾ ਫਾਈਂਡ ਅ ਕੋਰਸ ਓਲਰੈਡੀ ਉਹਨੇ ਮੈਨੂੰ ਆਲਰੇਡੀ ਫਾਈਂਡ ਕਰਕੇ ਦੇਇਆ ਜਰਮਨ ਆਨਲਾਈਨ ਇੰਡੀਵੀਜੂਅਲ ਕੋਰਸ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਹੈਗਾ ਜਿਹੜਾ ਆਨਲਾਈਨ ਹੈ ਤੁਸੀਂ ਆਨਲਾਈਨ ਨਹੀਂ ਬੁੱਕ ਕਰਨਾ ਇੱਥੇ ਲਿਖਿਆ ਜਰਮਨ ਆਨਲਾਈਨ ਇੰਡੀਵੀਜੂਅਲ ਕੋਰਸ ਪਰ ਤੁਸੀਂ ਜਰਮਨ ਇੰਡੀਵੀਜੂਅਲ ਕੋਰਸ ਨਹੀਂ ਬੁੱਕ ਕਰਨਾ ਸਪੀਕਿੰਗ ਜਰਮਨ ਆਲਰੇਡੀ ਐਗਜ਼ਾਮੀਨੇਸ਼ਨ ਇੱਥੇ ਇੰਟੈਂਸਿਵ ਕੋਰਸ ਹੈਗਾ ਫ੍ਰੈਂਕਫਰਟ ਦਾ ਆ ਜਿਹੜਾ ਦਾ ਨੋ ਲੈਂਗੁਏਜ ਲੈਵਲ ਆ ਗਿਆ ਫਾਰ 올 ਲੈਂਗੁਏਜ ਇੰਟੈਂਸਿਵ ਕੋਰਸ ਇਹ ਵੀ ਤੁਸੀਂ ਲੈ ਸਕਦੇ ਹੋ ਈਵਨਿੰਗ ਵਾਲਾ ਤੁਸੀਂ ਨਹੀਂ ਲੈਣਾ ਜਿੱਦਾਂ ਕਿ ਤੁਹਾਨੂੰ ਦੱਸਿਆ ਤੁਸੀਂ 18 ਘੰਟੇ ਦਾ ਕਰਨਾ ਤੁਸੀਂ ਇੰਟੈਂਸਿਵ ਜਰਮਨ ਕੋਰਸ ઓਲ ਲੈਂਗੁਏਜ ਲੈਂਗੁਏਜ ਉਹ ਹੀ ਲੈਣਾ ਤੇ ਇਹਦਾ ਤੁਸੀਂ ਦੇਖ ਸਕਦੇ ਹੋ ਆਲਰੇਡੀ ਜਾ ਕੇ ਤੇ ਤੁਹਾਨੂੰ ਆਲਰੇਡੀ ਇੱਥੇ ਸਾਰੀ ਇਨਫੋਰਮੇਸ਼ਨ ਇੰਗਲਿਸ਼ ਦੇ ਵਿੱਚ ਦਿੱਤੀ ਜਾਏਗੀ ਤੁਸੀਂ ਬੁੱਕ ਵੀ ਕਰ ਸਕਦੇ ਹੋ ਆਲਰੇਡੀ ਨਾ ਜੇ ਤੁਸੀਂ ਆਲਰੇਡੀ ਬੁੱਕ ਕਰਦੇ ਹੋ ਇਹਦੇ ਵਿੱਚ ਤੁਹਾਨੂੰ ਕੋਰਸ ਫੀਸ ਇਨਕਲੂਡਡ ਪਲੇਸਮੈਂਟ ਟੈਸਟ ਆਲ ਕੋਰਸ ਮਾਤਰੀਅਲ ਇਹਦੇ ਵਿੱਚ ਸਾਰਾ ਉਹਨਾਂ ਤੁਹਾਨੂੰ ਦੱਸਿਆ ਹੋਇਆ ਹੈਗਾ ਜੇ ਤੁਸੀਂ ਬੁੱਕ ਕਰਦੇ ਹੋ ਤੁਸੀਂ ਸਕੂਲ ਦਾ ਐਡਰੈਸ ਵੀ ਤੁਹਾਨੂੰ ਮਿਲੇਗਾ ਹਰ ਇੱਕ ਚੀਜ਼ ਦਾ ਤੁਸੀਂ ਲੋਕੇਸ਼ਨ ਆਪਣੀ ਚੇਂਜ ਕਰ ਸਕਦੇ ਹੋ ਤੁਸੀਂ ਫ੍ਰੈਂਕਫਰਟ ਨਹੀਂ ਕਰਨਾ ਚਾਹੁੰਦੇ ਫ੍ਰੈਂਕਫਰਟ ਤੋਂ ਕੱਟ ਕੇ ਤੁਸੀਂ ਹੋਰ ਅੱਗੇ ਆਲਰੇਡੀ ਦੂਸਰਾ ਵੀ ਪ੍ਰੋਵਾਈਡ ਕਰ ਸਕਦੇ ਜਿੱਦਾਂ ਕੋਲਨ ਸਿਟੀ ਦੇ ਸਕਦੇ ਹੋ ਮਿਨਚਨ ਸਿਟੀ ਦੇ ਸਕਦੇ ਹੋ ਆਲਰੇਡੀ ਨਾ ਏ ਦੋ ਲੈਂਗੁਏਜ ਕੋਰਸ ਜੇ ਤੁਹਾਨੂੰ ਹੋਰ ਵੀ ਚਾਹੀਦਾ ਹੈਗਾ ਮੈਨੂੰ ਪਲੀਜ਼ ਕਮੈਂਟ ਬਾਕਸ 'ਚ ਦੱਸ ਦਿਓ ਤੁਹਾਨੂੰ ਮੈਂ ਹੋਰ ਵੀ ਇੱਕ ਡੋਚ ਅਕੈਡਮੀ ਹੈਗੀ ਜਰਮਨ ਅਕੈਡਮੀ ਉਹਦਾ ਵੀ ਮੈਂ ਤੁਹਾਨੂੰ ਦੇ ਦਾਂਗਾ ਉਹ ਫ੍ਰੀ ਆਫ ਕੋਸਟ ਵੀ ਤੁਹਾਨੂੰ ਬੱਚੇ ਲੈਂਦੇ ਨੇ ਪਰ ਬੋ ਕਟ ਪੱਦਰ ਦੇਣਾ ਇੰਡੀਆ ਨੂੰ ਉਹ ਇੰਡੀਆ ਨੂੰ ਵਧੀਆ ਦੇਸ਼ ਦੇ ਵਿੱਚ ਦੇ ਦਿੰਨੇ ਤਾਂ ਕਰਕੇ ਉਹਨਾਂ ਨੂੰ ਸਕਾਲਰਸ਼ਿਪ ਘੱਟ ਮਿਲਦੀ ਹੈ ਤੇ ਪਰ ਫਿਰ ਵੀ ਮੈਂ ਤੁਹਾਨੂੰ ਉਹਦਾ ਮੈਂਸ਼ਨ ਲਿੰਕ ਦੇ ਵਿੱਚ ਕਰ ਦਾਂਗਾ ਡਿਸਕ੍ਰਿਪਸ਼ਨ ਦੇ ਵਿੱਚ ਕਰ ਦਾਂਗਾ ਤੁਸੀਂ ਜਾ ਕੇ ਉੱਥੇ ਅਪਲਾਈ ਕਰ ਸਕਦੇ ਹੋ ਜੇ ਤੁਹਾਨੂੰ ਸਕਾਲਰਸ਼ਿਪ ਮਿਲਦੀ ਹੈ ਫ੍ਰੀ ਆਫ ਕੋਸ ਕੋਰਸ ਕੋਸ ਮਿਲਦਾ ਹੈ ਤੇ ਜੇ ਤੁਹਾਡਾ ਬੈਨੀਫਿਟ ਹੁੰਦਾ ਹੋਏਗਾ ਉੱਥੇ ਜਾ ਕੇ ਤੁਸੀਂ ਕਰ ਲਿਓ ਜਾ ਕੇ ਅਪਲਾਈ ਬਾਕੀ ਹੁਣ ਕਰਦੇ ਆਂ ਅਸੀਂ ਗੱਲ ਨੋਰਮਲ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਵੀ ਲੈ ਲਿਆ ਹੁਣ ਤੁਸੀਂ ਗੱਲ ਕਰਦੇ ਆਂ ਉਹਦੀ ਉੰਟੀ ਨਾਲ ਰੈਡੀ ਕਰਨਾ ਆਪਣਾ ਬਲੌਕ ਅਕਾਊਂਟ ਬਲੌਕ ਅਕਾਊਂਟ ਕਿੱਦਾਂ ਖਲਵਾ ਸਕਦੇ ਹੋ ਤੇ ਆਲਰੇਡੀ ਮੈਨੂੰ ਕਿੰਨੀ ਵਾਰੀ ਮੈਸੇਜ ਕੀਤਾ ਤੁਸੀਂ ਬਲੌਕ ਅਕਾਊਂਟ ਕਿੱਦਾਂ ਖੁਲਾਣਾ ਮੈਂ ਆਲਰੇਡੀ ਆਪਣੇ ਫੋਨ ਦੇ ਵਿੱਚ ਵੀ ਸੇਵ ਕੀਤਾ ਹੋਇਆ ਮੈਂ ਤੁਹਾਨੂੰ ਦਿਖਾਉਣਾ ਵਾ ਉਹ ਫੋਨ ਦੇ ਵਿੱਚ ਆਲਰੇਡੀ ਮੈਂ ਆਲਰੇਡੀ ਤੇ ਕਹ ਰਿਹਾ ऑलरेडी मैं तुम दिखा दिना ही इत है जो तुम प्रोवाइड करता फ्रोंटीवा फ्रोंटिवाउंट ਫਿੰਟੀਵਾ ਸੋਰੀ ਫਿੰਟੀਵਾ ਬਲੋਕ ਅਕਾਊਂਟ ਸੋਰੀ ਫਿੰਟੀਵਾ ਤੁਸੀਂ ਫਿੰਟੀਵਾ ਤੇ ਬਲੋਕ ਅਕਾਊਂਟ ਜਿਹੜਾ ਬਣਾਉਣਾ ਚਾਹੁੰਦੇ ਹੋ ਇੱਕ ਫਿੰਟੀਵਾ ਵੀ ਹੈਗਾ ਤੁਹਾਡੇ ਕੋਲ ਇੱਕ ਐਕਸਪਰਟ ਹੀਰੀਓ ਵੀ ਹੈਗਾ ਐਕਸਪਰਟ ਹੀਰੀਓ ਵੀ ਇਹ ਵੀ ਬਲੋਕ ਅਕਾਊਂਟ ਦੇ ਵਿੱਚ ਹੈਲਪ ਕਰਦਾ ਤੁਸੀਂ ਆਲਰੇਡੀ ਤੁਸੀਂ ਜਾਣਾ ਇੱਥੇ ਜਿਹਦੇ ਤੇ ਕਲਿੱਕ ਕਰੋਗੇ ਇਹਦੇ ਤੇ ਤੁਹਾਨੂੰ ਆਟੋਮੈਟਿਕਲੀ ਤੁਹਾਨੂੰ ਦੱਸੇਗਾ ਵੀ ਤੁਹਾਨੂੰ ਨਾ ਜਿਹੜਾ ਤੁਸੀਂ ਇੰਗਲਿਸ਼ ਕਰ ਸਕਦੇ ਹੋ ਲੈਂਗੁਏਜ ਆਟੋਮੈਟਿਕਲੀ ਯੂਰ ਬਲੌਕ ਅਕਾਊਂਟ ਹੈਲਥ ਇੰਸ਼ੋਰੈਂਸ ਫॉर ਜਰਮਨੀ ਇਹ ਤੁਹਾਨੂੰ ਹਰ ਇੱਕ ਚੀਜ਼ਾਂ ਕਰਕੇ ਦੇਵੇਗਾ ਜਿਹੜਾ ਟ੍ਰੈਵਲ ਇੰਸ਼ੋਰੈਂਸ ਹੁੰਦਾ ਇਹ ਵੀ ਤੁਹਾਨੂੰ ਕਰਕੇ ਦੇਵੇਗਾ ਤੇ ਆਟੋਮੈਟਿਕਲੀ ਇੱਥੇ ਪਹਿਲਾਂ ਨੂੰ ਇੱਥੇ ਆਟੋਮੈਟਿਕ ਸਾਈਨ ਅਪ ਕਰੋਗੇ ਤੁਸੀਂ ਸਾਈਨ ਅਪ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਇੱਥੇ ਜਾਓ ਤੁਸੀਂ ਆਪਣਾ ਅਥੋਰਟੀ ਸੋਲੂਸ਼ਨ ਜਿਹੜੀ ਤੁਸੀਂ ਦੇਖਣਾ ਆਲਰੇਡੀ ਤੁਸੀਂ ਦੇਖ ਸਕਦੇ ਹੋ ਬੈਂਕ ਅਕਾਊਂਟ ਕਿਦਾਂ ਨੇ ਹੈਲਥ ਇੰਸ਼ੋਰੈਂਸ ਫਿੰਟੀਵਾ ਟਰਾਂਸਫਰ ਸਾਰੀਆਂ ਤੁਹਾਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ ਤੁਸੀਂ ਆਟੋਮੈਟਿਕਲੀ ਕੰਪੈਰੀ ਉਹਦੇ ਬਲੌਕ ਅਕਾਊਂਟ ਤੇ ਪਹਿਲਾਂ ਕੰਪੈਰੀਜ਼ਨ ਵੀ ਕਰ ਸਕਦੇ ਹੋ ਤੁਹਾਨੂੰ ਦੋ ਚੀਜ਼ਾਂ ਦਾ ਮੈਂ ਦੇ ਦਾਂਗਾ ਫਿੰਟੀਵਾ ਤੇ ਤੁਸੀਂ ਬਣਾਉਣਾ ਫਿੰਟੀਵਾ ਤੇ ਬਣਾ ਸਕਦੇ ਹੋ ਐਕਸਪੀਰੀਓ ਤੇ ਬਣਾਉਣਾ ਐਕਸਪੀਰੀਓ ਤੇ ਬਣਾ ਸਕਦੇ ਹੋ ਜੀ ਆਲਰੇਡੀ ਤੁਸੀਂ ਇੱਥੇ ਰਿਕੁਆਇਰਮੈਂਟ ਵੀ ਚੈੱਕ ਕਰ ਸਕਦੇ ਹੋ ਕਰਬੈਂਡ ਰਿਕੁਆਇਰਮੈਂਟ ਵੀਜ਼ਾ ਐਂਡ ਰੈਜ਼ੀਡੈਂਟ ਫਾਰਮੈਟ ਉਹਦਾ ਹੈਲਥ ਇੰਸ਼ੋਰੈਂਸ ਜਰਮਨ ਲੈਂਗੁਏਜ ਸਕਿੱਲ ਇੱਥੇ ਤੁਹਾਨੂੰ ਆਲਰੇਡੀ ਸਟੱਡੀ ਇਨ ਜਰਮਨ ਉਹਦੇ ਵਾਸਤੇ ਵੀ ਉਹੇ ਪ੍ਰੋਵਾਈਡ ਕਰ ਦਿੰਦਾ ਜਰਮਨ ਲੈਂਗੁਏਜ ਸਕਿੱਲ ਦੇ ਅਕੋਰਡਿੰਗ ਨਾਲ ਤੁਹਾਨੂੰ ਥੋੜੀ ਬਹੁਤੀ ਇਨਫੋਰਮੇਸ਼ਨ ਇੱਥੇ ਆਲਰੇਡੀ ਮਿਲ ਜਾਂਦੀ ਹੈ ਇਹਨਾਂ ਨੇ ਤਾਂ ਇਦਾਂ ਤਿਆਰ ਕੀਤਾ ਗਿਆ ਫਿੰਟੀਵਾ ਨੇ ਕਿਉਂਕਿ ਫਿੰਟੀਵਾ ਕੰਮ ਕਰਦਾ ਸਪਾਰਕਾਸਟ ਤੇ ਕਮਰਸ ਬੈਂਕ ਦੇ ਨਾਲ ਤੇ ਆਲਰੇਡੀ ਜਿਹੜਾ ਇਹਨਾਂ ਦਾ ਨੈਟਵਰਕ ਹੈਗਾ ਇਹ ਨੈਟਵਰਕ ਬਹੁਤ ਜ਼ਿਆਦਾ ਵੱਡਾ ਹੈਗਾ ਤੇ ਇੱਥੇ ਯੂਨੀਵਰਸਿਟੀ ਯੂਨੀਵਰਸਿਟੀਆਂ ਨਾਲ ਵੀ ਇਹਨਾਂ ਦਾ ਕਨੈਕਸ਼ਨ ਹੈਗਾ ਇਸ ਕਰਕੇ ਜ਼ਿਆਦਾਤਰ ਸਟੂਡੈਂਟ ਇਹ ਯੂਜ਼ ਕਰਦੇ ਨੇ ਜਿਹੜੇ ਤੁਹਾਨੂੰ ਮਰਗੀ ਕਈਆਂ ਨੂੰ ਨਹੀਂ ਪਤਾ ਲੱਗਦਾ ਸਟੈਪ ਬਾਈ ਸਟੈਪ ਦੱਸਿਆ ਜਾਂਦਾ 20 ਵਾ ਤੇ ਤੁਸੀਂ ਜਾਓ ਆਪਣਾ ਬਲੌਕ ਅਕਾਊਂਟ ਬਣਾਓ ਬਲੌਕ ਅਕਾਊਂਟ ਬਣਾ ਕੇ ਸਾਰਾ ਸੇਫ ਹੈ ਤੁਹਾਨੂੰ ਇੱਥੇ ਤੁਸੀਂ ਆਪਣਾ ਆਨਲਾਈਨ ਹੀ ਬਲੌਕ ਅਕਾਊਂਟ ਬਣਾ ਸਕਦੇ ਹੋ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਇੰਡੀਆ ਕਿੱਦਾਂ ਹੋਣਾ ਨਾ ਤੁਸੀਂ ਆਨਲਾਈਨ ਫਿੰਟੀ ਵਾ ਐਜ਼ ਅ ਸੇਫ ਪੂਰਾ ਸੇਫ ਹੈ ਤੁਸੀਂ ਜਾ ਕੇ ਫਿੰਟੀਵਾਦੇ ਬਣਾ ਸਕਦੇ ਹੋ ਆਲਰੇਡੀ ਨਾ ਆਪਣਾ ਬਲੌਗ account ਬਾਕੀ ਫਿੰਟੀਵਾ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਸੈਕੰਡ অপਸ਼ਨ ਦੱਸਿਆ ਸੈਕੰਡ অপਸ਼ਨ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਵਾ ਜਿਹੜੇ ਨਵੇਂ ਫਿੰਟੀਵਾਦੇ ਬਣਾਉਣਾ ਚਾਹੁੰਦੇ ਉਹ ਆਲਰੇਡੀ ਐਕਸਪੈਟੇਰੀਓ ਤੇ ਜਾ ਕੇ ਓਲਰੇਡੀ ਤੁਸੀਂ ਦੇ ਸਕਦੇ ਹੋ ਓਲਰੇਡੀ ਇਹਦੇ ਵਿੱਚ ਜੇ ਤੁਸੀਂ ਬਲੌਕ ਅਕਾਊਂਟ ਬਣਾਉਨੇ ਹੋ ਤਾਂ ਨੋ ਬੈਨੀਫੀਸ਼ੀਅਨ ਹੈਲਥ ਇੰਸ਼ੋਰੈਂਸ ਨਾਲ ਮਿਲਦਾ ਹੈ ਨਿਊ ਇਨਕਲੂਡਡ ਫ੍ਰੀ ਜਰਮਨ ਬੈਂਕ ਅਕਾਊਂਟ ਵੀ ਮਿਲਦਾ ਹੈ ਜਿੱਦੇ ਤੁਸੀਂ ਆਪਣਾ ਟ੍ਰਾਂਸਫਰ ਕਰ ਸਕਦੇ ਹੋ ਔਰ 100% ਡਿਜੀਟਲ ਹੈ गाइस ਸੇਵ ਟਾਈਮ ਐਂਡ ਮਨੀ ਹੈਗਾ ਤੁਹਾਡਾ ਓਲਰੇਡੀ ਅਬਾਊਟ ਤੁਸੀਂ ਬਟਨ ਆਫਰ ਤੇ ਤੁਸੀਂ ਦੇ ਸਕਦੇ ਹੋ ਇੱਥੇ ਤੋਂ ਉਹਨਾਂ ਦੇ ਕੀ ਕਹਿੰਦੇ ਨੇ ਜਿਉਂ ਨੋ ਫੀਡਬੈਕ ਤੁਸੀਂ ਆਪਣਾ ਫੀਡਬੈਕ ਵੀ ਪਾ ਸਕਦੇ ਹੋ ਫੀਡਬੈਕ ਪੜ ਕੇ ਫੇਰ ਹੀ ਤੁਸੀਂ ਚੂਜ਼ ਕਰੋ ਕਿਹੜਾ ਤੁਹਾਨੂੰ ਪੰਦੀਆ ਲੱਗਦਾ 25 ਮੈਨੂੰ ਥੋੜਾ ਜਿਆ ਇਦੇ ਵਿੱਚ ਮੈਂ ਤੁਹਾਨੂੰ ਨਹੀਂ ਕਹਿਣਾ ਚਾਹੁੰਦਾ ਕਿ ਚਲੋ ਜਿਹੜਾ ਤੁਹਾਨੂੰ ਵਧੀਆ ਲੱਗੇ ਉਹ ਤੁਸੀਂ ਬਣਾ ਸਕਦੇ ਹੋ ਪਰ ਫਿੰਟੀਵਾ ਮੈਂ ਜ਼ਿਆਦਾ ਤੁਹਾਨੂੰ ਰეკਮੈਂਡੇਸ਼ਨ ਕਰਾਂਗਾ ਕਿਉਂਕਿ ਮੈਂ ਉਹਦੇ ਤੇ ਆਲਰੇਡੀ ਥੋੜੀਆਂ ਚੀਜ਼ਾਂ ਸਰਚ ਕੀਤੀਆਂ ਨੇ ਫਿੰਟੀਵਾ ਥੋੜਾ ਜਿਆਦਾ ਸਟਰੋਂਗ ਹੈਗਾ ਐਕਸਪਰਟਾਰੀਓ ਦੇ ਅਕੋਰਡਿੰਗ ਨਾ ਐਕਸਪਰਟਾਰੀਓ ਦੇ ਅਕੋਰਡਿੰਗ ਕਿਉਂਕਿ ਸਾਡੇ ਏ ਨੂੰ ਆ ਬੋਲਦੇ ਨੇ ਤਾਂ ਕਰਕੇ ਥੋੜਾ ਜਿਆਦਾ ਮੈਂ ਇੰਦਾ ਬੋਲਦਾ ਪਿਆ ਮਾਂ ਬਾਕੀ ਇਹ ਵੀ ਤੁਹਾਡੇ ਲਈ ਕਲੀਅਰ ਕਰਤਾ ਜਿਨ੍ਹਾਂ ਨੇ ਹੁਣ ਸੀਵੀ ਤਿਆਰ ਕਰਨਾ ਹੈ ਸੀਵੀ ਬਣਾਉਣ ਵਾਸਤੇ ਸੀਵੀ ਟੈਂਪਲੇਟ ਆ ਫ੍ਰੀ ਟੈਂਪਲੇਟ ਤੁਹਾਨੂੰ ਆ ਗਏ ਹੁਣ ਦੱਸੋ ਹੁਣ ਫ੍ਰੀ ਟੈਂਪਲੇਟ ਤੁਹਾਨੂੰ ਆ ਗਏ ਨੇ ਤੁਸੀਂ ਲਾਈਵ ਕਰੀਅਰ ਦੇ ਵਿੱਚ ਜਾ ਕੇ ਤੁਸੀਂ ਕਦੀ ਵੀ 올ਰੇਡੀ ਤੁਸੀਂ ਜਾ ਕੇ ਬਣਾ ਸਕਦੇ ਹੋ ਜੇ ਤੁਹਾਨੂੰ ਚਾਹੀਦਾ ਜਿਹੜੇ ਕੈਨਵਾ ਯੂਜ਼ ਕਰਦੇ ਨੇ ਤੁਸੀਂ ਕੈਨਵਾ ਤੇ ਜਾਓ ਕੈਨਵਾ ਤੇ 올ਰੇਡੀ ਤੁਹਾਨੂੰ ਟੈਂਪਲੇਟ ਮਿਲ ਜਾਣਗੇ ਜਿਹੜਾ ਤੁਸੀਂ ਕਸਟਮਾਈਜ਼ ਕਰ ਸਕਦੇ ਹੋ ਆ ਦੇ ਲਓ ਤੁਸੀਂ ਕੈਨਵਾ ਤੇ ਜਾਓ canva.com ਤੇ ਜਾ ਕੇ ਉੱਥੇ ਜਾ ਕੇ ਲਿਖੋ ਰੈਜ਼ਿਊਮ ਇੱਥੇ ਜਾ ਕੇ ਸਰਚ ਦੇ ਵਿੱਚ ਰੈਜ਼ਿਊਮ ਲਿਖ ਦਿਓ 올ਰੇਡੀ ਜਿਹੜਾ ਤੁਹਾਨੂੰ ਡਿਜ਼ਾਈਨ ਚਾਹੀਦਾ ਜਿੱਦਾਂ ਦਾ ਡਿਜ਼ਾਈਨ ਤੁਹਾਨੂੰ ਇਦਾਂ ਦਾ ਚਾਹੀਦਾ ਆ ਤੁਸੀਂ ਡਿਜ਼ਾਈਨ ਦੇ ਉੱਤੇ ਕਲਿੱਕ ਕਰੋ ਤੇ 올ਰੇਡੀ ਇਹਨੂੰ ਕਸਟਮਾਈਜ਼ ਟੈਂਪਲੇਟ ਆਪਣੀ ਜੇ ਤੁਸੀਂ ਪਹਿਲਾਂ ਤੁਹਾਨੂੰ ਸਾਈਨ ਅਪ ਕਰਨਾ ਪੈਣਾ ਇਹ ਫ੍ਰੀ ਆਫ ਕੋਸਟ ਹੈ ਸਾਈਨ ਅਪ ਕਰੋ ਬਲੂ ਪ੍ਰੋਫੈਸ਼ਨਲ ਮੋਡ ਜਿੱਦਾਂ ਤੁਸੀਂ ਰੈਜ਼ਿਊਮ ਤੁਹਾਨੂੰ ਚਾਹੀਦਾ ਹੈ ਸਾਈਨ ਅਪ ਕਰਨ ਤੋਂ ਬਾਅਦ ਲੌਗ ਇਨ ਕਰੋ ਸਰਚ ਕਰੋ ਸੀਵੀ ਰੈਜ਼ਿਊਮ ਉੱਥੇ ਜਾ ਕੇ ਤੁਸੀਂ ਕੋਈ ਵੀ ਜਿਹੜਾ ਤੁਹਾਨੂੰ ਵਧੀਆ ਲੱਗਦਾ ਇਦਾਂ ਦਾ ਵਧੀਆ ਲੱਗਦਾ ਇਦਾਂ ਮਰਗੇ ਨੂੰ ਕਰਕੇ ਕਸਟਮਾਈਜ਼ ਥਿਸ ਟੈਂਪਲੇਟ ਤੇ ਤੁਸੀਂ ਕਸਟਮਾਈਜ਼ ਉਨ ਮੈਨੂੰ ਲੱਗਦਾ ਮੈਂ ਪਹਿਲਾਂ ਹਾਂਜੀ ਪਹਿਲਾਂ ਉਹ ਪੁੱਛੇਗਾ ਕਿ ਪਹਿਲਾਂ ਤੁਸੀਂ ਅਕਾਊਂਟ ਬਣਾਓ ਤਾਂ ਕਰਕੇ ਇਹ ਤੁਹਾਨੂੰ ਈਜ਼ੀਲੀ ਮੈਂ ਦੱਸਦਾ ਤੁਸੀਂ ਜਾ ਕੇ canva.com ਤੇ ਜਾ ਕੇ ਤੁਸੀਂ ਆਪਣਾ CV ਤਿਆਰ ਕਰ ਸਕਦੇ ਹੋ ਤੇ ਮੇਰੇ ਵੀਰ ਭੈਣ ਭਰਾਓ ਆਪਣੇ ਥੋੜਾ ਬਹੁਤਾ ਆਪਣਾ ਵੀ ਦਿਮਾਗ ਲਗਾਇਆ ਕਰੋ ਥੋੜੀ ਕੋਸ਼ਿਸ਼ ਕਰਿਆ ਕਰੋ ਕਿ ਜਿਹੜੀਆਂ ਇੰਸਟਾਗ੍ਰam ਤੇ ਰੀਲ ਬਣਾ ਲਨੋ ਟਿਕਟੋਕ ਉੱਤੇ ਚਲੋ ਚੱਲਦਾ ਨਹੀਂ ਚਲੋ ਵਾਇਰਲ ਹੋ ਦੀ ਮੇਰਨਾ ਤੇ YouTube ਤੇ ਬਲੌਗਰ ਦੇਖਣ ਨਾਲੋਂ ਤੇ ਇੱਥੇ ਥੋੜਾ ਜਿਹਾ ਬੰਦਾ ਦਿਮਾਗ ਲਾ ਲਿਆ ਕਰੋ ਜੇ ਤੁਸੀਂ ਘੰਟਾ ਵੀ ਲਾ ਲੋ ਨਾ ਤੇ ਤਾਂ ਵੀ ਤੁਹਾਨੂੰ ਤੁਹਾਡਾ ਤੁਹਾਡਾ ਸੀਵੀ ਤਿਆਰ ਹੋ ਜਾ ਕਰੇਗਾ ਤਾਂ ਵੀ ਤੁਹਾਡੇ ਡਾਕੂਮੈਂਟ ਤਿਆਰ ਹੋ ਜੋਗੇ ਤੁਸੀਂ ਆ ਦੇਖ ਲਓ ਕਿੰਨੇ ਕਿੰਨੇ ਉਹਨਾਂ ਨੇ ਟੈਂਪਲੇਟ ਦਿੱਤੇ ਨੇ ਜਿੱਦਾਂ ਦਾ ਤੁਹਾਨੂੰ ਚਾਹੀਦਾ ਕੁੜੀਆਂ ਨੂੰ ਪਿੰਕ ਚਾਹੀਦਾ ਪਿੰਕ ਚ ਆਖ ਲਓ ਮੇਰੀਆਂ ਭੈਣੋ ਜਿਨ੍ਹਾਂ ਨੂੰ ਮੁੰਡਿਆਂ ਨੂੰ ਬਲੂ ਚਾਹੀਦਾ ਆ ਲਓ ਆ ਚੱਕੋ ਜਿੱਦਾਂ ਚਾਹੀਦਾ ਰੰਗ 'ਚ ਕੋਈ ਫਰਕ ਨਹੀਂ ਹੁੰਦਾ ਰੰਗ ਤੇ ਚਲੋ ਸਾਰਿਆਂ ਵਾਸਤੇ ਆ ਪਰ ਜਿੱਦਾਂ ਦਾ ਜਿਹੜਾ ਜਿੰਨੂੰ ਚਾਹੀਦਾ ਟੈਂਪਲੇਟ ਚੂਜ਼ ਕਰ ਸਕਦੇ ਹੋ ਤੁਸੀਂ ਚੈਨ ਟੈਂਪਲੇਟ ਯੂਜ਼ ਕਰਕੇ ਤੁਸੀ ਕਸਟਮਾਈਜ਼ ਆਪਣਾ ਆਲਰੇਡੀ ਰੀਜ਼ਿਊਮ ਕਰਕੇ ਤੁਸੀਂ ਬਣਾ ਸਕਦੇ ਹੋ ਬਾਕੀ ਜੇ ਤੁਹਾਨੂੰ ਇੱਥੇ ਵੀ ਨਹੀਂ ਔਖਾ ਜੇ ਤੁਹਾਨੂੰ ਇੱਥੇ ਵੀ ਔਖਾ ਲੱਗਦਾ ਫਿਰ ਤੇ ਮੈਂ ਤੁਹਦਾ ਕਹਾਂਗਾ ਰੱਬ ਹੀ ਰੱਖਾ ਪਰ ਫਿਰ ਵੀ ਮੈਂ ਤੁਹਾਨੂੰ ਇੱਕ ਹੋਰ ਦੇ ਦਿੰਦਾ ਹਾਂ ਕਿ zing.com ਤੋਂ ਟੈਂਪਲੇਟ ਸੀ ਤੁਸੀਂ ਇੱਥੇ ਵੀ ਆਪਣਾ ਅਕਾਊਂਟ ਇੱਥੇ ਵੀ ਜਾ ਕੇ ਆਪਣਾ ਜਿੰਦਾ ਤੁਹਾਨੂੰ ਵਧੀਆ ਲੱਗੇ ਤੇ ਬਣਾ ਸਕਦੇ ਹੋ ਇਹਨੂੰ ਕਰ ਲੋ ਟ੍ਰਾਂਸਲੇਟ ਇੰਗਲਿਸ਼ ਦੇ ਵਿੱਚ ਤੇ ਇੱਥੇ ਤੁਸੀਂ ਓਲਡੀ ਓਲਡੀ ਇੱਥੇ ਤੁਸੀਂ ਆਪਣਾ ਨਾਮ ਭਰਨਾ ਜੋ ਵੀ ਭਰਨਾ ਇੱਥੇ ਤੁਸੀਂ ਦੇ ਸਕਦੇ ਹੋ ਚੇਂਜ ਟੈਂਪਲੇਟ ਇੱਥੇ ਤੁਸੀਂ ਟੈਂਪਲੇਟ ਚੇਂਜ ਕਰ ਲਿਓ ਜਿੰਦਾ ਤੁਹਾਨੂੰ ਚਾਹੀਦਾ ਆ ਦੇ ਲਓ ਜਿੰਦਾ ਤੁਹਾਨੂੰ ਜਿੰਦਾ ਤੁਹਾਨੂੰ ਚਾਹੀਦਾ ਆਪਣਾ ਟੈਂਪਲੇਟ ਲੈ ਲਓ ਆ ਲਓ ਟੈਂਪਲੇਟ ਚੇਂਜ ਕਰਕੇ ਸੀ ਵੀ ਤੇ অলরেডি ਤੁਸੀਂ ਆਪਣਾ ਨਾਮ ਨੂੰ ਦੋ ਇੱਥੇ ਐਕਸਪੀਰੀਅੰਸ ਦੋ ਟ੍ਰੇਨਿੰਗ ਦੋ ਸਕਿੱਲ ਦੋ ਇਹ ਫ੍ਰੀ ਆਫ ਕੋਸਟ ਹੈ ਜਿਹੜੇ ਫ੍ਰੀ ਚ ਤੁਹਾਨੂੰ ਬਣਾ ਕੇ ਦਿੰਦੇ ਪਏ ਨੇ ਇਹ ਤੁਸੀਂ ਹੁਣ ਵੀ ਇਹਨਾਂ ਦਾ ਆਪਣਾ ਦਿਮਾਗ ਲਗਾਓ ਤੇ ਹੁਣ ਵੀ ਤੁਹਾਡੇ ਕੋਲ ਕੰਮ ਨਾ ਹੋਏ ਤਾਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਦਿਓ ਕਿ ਭਾਜੀ ਸਾਡੇ ਕੋਲ ਪੈਸੇ ਲੈ ਲਿਓ ਤੇ ਸਾਡੀ ਫਾਈਲ ਤਿਆਰ ਕਰ ਦਿਓ ਜਿਹੜੇ ਕੰਮ ਤੋਂ ਅਸੀਂ ਤੁਹਾਨੂੰ ਰੋਕਦੇ ਆ ਏਜੰਟ ਨੂੰ ਨਾ ਜਾ ਕੇ ਕੀ ਕਹਿੰਦੇ ਨੇ ਹੁਣ ਗਾਲ ਨਿਕਲਦੀ ਮੂੰਹ ਚੋਂ ਪਰ ਏਜੰਟ ਨੂੰ ਨਾ ਜਾ ਕੇ ਪੈਸੇ ਬਰਬਾਦ ਕਰੋ ਆਪਣੇ ਮਾਪਿਆਂ ਦੇ ਪੈਸੇ ਜਾਂ ਆਪਣੀ ਮਿਹਨਤ ਦੇ ਪੈਸੇ ਬਚਾਓ ਤੇ ਫਾਇਦਾ ਕੀ ਫਿਰ ਜੇ ਤੁਹਾਡੇ ਮੇਰੇ ਚ ਤੇ ਏਜੰਟ ਤੇ ਫਰਕ ਕੀ ਰਹਿ ਗਿਆ ਜੇ ਮੈਂ ਵੀ ਤੁਹਾਡੇ ਕੋਲ ਪੈਸੇ ਲੈ ਕੇ ਕੰਮ ਕਰ ਲਾ ਪਿਆ ਤੇ ਤਾਂ ਕਰਕੇ ਕਹਿਣਾ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਆਲਰੇਡੀ ਤੁਸੀਂ ਬਣਾ ਕੇ ਤੂੰ ਆਪਣਾ ਸੀਵੀ ਤਿਆਰ ਕਰ ਸਕਦੇ ਹੋ ਹੁਣ ਤੁਹਾਡਾ ਸੀਵੀ ਦਾ ਵੀ ਕੰਮ ਹੋ ਗਿਆ ਨਾ ਤੁਸੀਂ ਸੀਵੀ ਵੀ ਬਣਾ ਕੇ ਜਰੂਰ ਨਾ ਲਗਾਣਾ ਬਾਕੀ ਰਹੀ ਗੱਲ ਅਹ ਰਹੀ ਗੱਲ ਆਲਰੇਡੀ ਅਹ ਡੇਟ ਆਫ ਤੁਸੀਂ ਮਤਲਬ ਕਿ ਚੱਕਣਾ ਕਿਥੋਂ ਆਪਣੀ ਅਪਾਇੰਟਮੈਂਟ ਕਿਥੋਂ ਚੱਕ ਸਕਦੇ ਹੋ ਤੁਸੀਂ ਆਲਰੇਡੀ ਲਿਖਣਾ ਬੀਐਫਐਸ ਬੀਐਫਐਸ ਇੰਡੀਆ ਜਰਮਨੀ ਆਲਰੇਡੀ ਲਿਖਣਾ ਇੱਥੇ ਜਾਓ ਤੁਸੀਂ ਬੁੱਕਨਾ ਅਪਾਇੰਟਮੈਂਟ ਤੇ ਬੁੱਕਨਾ ਅਪਾਇੰਟਮੈਂਟ ਤੇ ਜਾ ਕੇ ਇੱਥੇ ਤੁਸੀਂ ਕਰੋ ਬੁੱਕਨਾ ਤੇ ਆਲਰੇਡੀ ਇੱਥੇ ਤੁਹਾਨੂੰ ਸਾਈਨ ਅਪ ਕਰਨਾ ਪੈਣਾ ਇਹ ਤੁਹਾਨੂੰ ਆਲਰੇਡੀ ਸਾਈਨ ਅਪ ਕਰਨਾ ਪੈਣਾ ਹੁਣ ਮੇਰੇ ਕੋ ਡਾਟਾ ਹੈਗੇ ਨੇ ਮੇਰੇ ਪਰ ਮੈਂ ਡਾਟਾ ਨਹੀਂ ਤੇ ਤੁਹਾਨੂੰ ਸ਼ੋਪ ਕਰ ਸਕਦਾ ਹੁਣ ਇਹ ਦੇ ਲਈ ਮੈਂ ਨਿਊ ਵੀਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਮੈਂ ਜਿਨ੍ਹਾਂ ਨੇ ਵੀਡੀਓ ਦੇਖਣੀ ਹੈ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਵੀਡੀਓ ਪਈ ਹੈ ਤੁਸੀਂ ਆਪਣੇ ਅਪੌਇੰਟਮੈਂਟ ਕਿੱਦਾਂ ਬੁੱਕ ਕਰ ਸਕਦੇ ਹੋ ਉਹਦੇ ਤੇ ਜਾ ਕੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਫਿਰ ਤੋਂ ਮੈਂ ਇੱਕ ਨਿਊ ਵੀਡੀਓ ਤੁਹਾਡੇ ਲਈ ਲੈ ਕੇ ਆ ਰਿਹਾ ਤੁਸੀਂ ਆਪਣੇ ਅਪੌਇੰਟਮੈਂਟ ਲੈਂਗੁਏਜ ਕੋਰਸ ਦੀ ਕਿੱਦਾਂ ਬੁੱਕ ਕਰ ਸਕਦੇ ਹੋ ਵਰਕ ਪਰਮਿਟ ਲਈ ਕਿੱਦਾਂ ਬੁੱਕ ਕਰ ਸਕਦੇ ਹੋ ਉਹਦੇ ਲਈ ਨੈਕਸਟ ਵੀਡੀਓ ਅਪਲੋਡ ਕੀਤੀ ਜਾਏਗੀ ਤੇ ਉਹ ਵੀਡੀਓ ਜਰੂਰ ਦੇਖਿਓ ਇਹ ਮੈਂ ਹੁਣ ਤੁਹਾਨੂੰ ਐਜ਼ ਅ ਲਿੰਕ ਜਿਹੜਾ ਸਾਰਾ ਕੁਝ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਪਾਤਾ ਤੇ ਤੁਸੀਂ ਚੈੱਕ ਕਰ ਸਕਦੇ ਹੋ ਆਲਰੇਡੀ ਕਿ ਕਿੱਦਾਂ ਜਾ ਕੇ ਇੱਥੇ ਜਾ ਕੇ ਸਾਈਨ ਅਪ ਕਰਕੇ ਤੇ ਅਪੌਇੰਟ ਫੇਰ ਤੋਂ ਮੈਂ ਤੁਹਾਨੂੰ ਕਹਿਣਾ ਕਿ ਮਿਹਨਤ ਕਰਿਆ ਕਰੋ ਪੜਿਆ ਕਰੋ ਥੋੜਾ ਜਿਹਾ ਆਪਣੇ ਥੋੜੇ ਜੇ ਜੇ ਤੁਹਾਡਾ 5-10 ਲੱਖ ਰੁਪਇਆ ਬਚਦਾ ਨਾ ਤੇ ਤੁਸੀਂ ਫ੍ਰੀ ਆਫ ਥੋੜੇ ਪੈਸਿਆਂ ਦੇ ਵਿੱਚ ਆਨੇ ਹੋ ਤੇ ਉਹ ਤੁਹਾਡੇ ਲਈ ਸਫਲ ਹੈ ਤੁਸੀਂ ਅੱਗੇ ਲਾਈਫ ਦੇ ਵਿੱਚ ਸਟਰਗਲ ਨਹੀਂ ਕਰੋਗੇ ਤੁਸੀਂ ਈਜ਼ੀ ਹੋਗੇ ਆਪਣੀ ਲਾਈਫ ਦੇ ਵਿੱਚ ਬਾਕੀ ਥੋੜਾ ਜਿਹਾ ਓਖਾ ਹੋ ਕੇ ਹੀ ਬੰਦੇ ਨੂੰ ਥੋੜਾ ਜਿਹਾ ਸਫਲ ਬੰਦਾ ਬੰਦਾ ਸਕਸੈਸਫੁਲ ਬੰਦਾ ਖਿਆਲ ਰੱਖਿਆ ਕਰੋ ਥੋੜਾ ਇੰਨੀਆਂ ਚੀਜ਼ਾਂ ਦਾ ਨਾ ਥੋੜਾ ਥੋੜਾ ਯਾ ਸਕੋਪ ਆਪਣਾ ਥੋੜਾ ਜਿਹਾ ਅਨਿਜੀਬਿਲਟੀ ਥੋੜੀ ਆਪਣੀ ਤਗੜੀ ਰੱਖਿਆ ਕਰੋ ਆਪਣੇ ਤੇ ਟਰਸਟ ਰੱਖਿਆ ਕਰੋ ਇਹ ਨਹੀਂ ਹੁੰਦਾ ਕਿ ਜੇ ਮੈਂ ਤੁਹਾਨੂੰ ਦੱਸਦਾ ਪਿਆਵਾਂ ਕਿ ਮੈਂ ਹੀ ਕਰ ਸਕਦਾ ਤੁਸੀਂ ਵੀ ਕਰ ਸਕਦੇ ਹੋ ਮੇਰੇ ਜਿਹੜੇ ਜਿੰਨਾ ਜਿੰਨੀ ਮੈਨੂੰ ਨੋਲਿਜ ਹੈ ਹਾਂ ਹੋ ਸਕਦਾ ਮੈਨੂੰ ਥੋੜੀ ਜੀ ਜ਼ਿਆਦਾ ਨੋਲਿਜ ਹੋਏ ਪਰ ਜੇ ਤੁਸੀਂ ਰਿਸਰਚ ਕਰੋ ਸ਼ਾਇਦ ਹੋ ਸਕਦਾ ਤੁਹਾਨੂੰ ਮੇਤੂ ਜ਼ਿਆਦਾ ਨੋਲਿਜ ਹੋ ਜਾਏ ਤੁਸੀਂ ਸਿਰਫ ਟਾਪਿਕ ਨੂੰ ਸੀਰੀਅਸ ਲਿਆ ਕਰੋ ਉਹਨਾਂ ਤੇ ਰਿਸਰਚ ਕਰਕੇ ਜੇ ਤੁਹਾਨੂੰ ਨਹੀਂ ਸਮਝ ਲੱਗਦਾ ਤੁਸੀਂ ਜਿੱਦੂ ਮਰਜੀ ਆ ਮੈਨੂੰ ਕੰਟੈਕਟ ਕਰੋ ਐਜ਼ এ ਵੀਰਜੀ ਭਰਾ ਨੂੰ ਜਿੱਦਾਂ ਮਰਜ਼ੀ ਲੈ ਕੇ ਮੈਨੂੰ ਕੰਟੈਕਟ ਕਰੋ ਮੈਂ ਤੁਹਾਡੀ ਹੈਲਪ ਕਰਾਂਗਾ ਜਿੰਨੀ ਹੋ ਸਕਦੀ ਕੋਈ ਦਿੱਕਤ ਨਹੀਂ ਹੈਗੀ ਬਾਕੀ ਇਹ ਸੀ ਸਾਰਾ ਇਹ ਸਾਰਾ ਜਿਹੜਾ ਮੇਨ ਪੁਆਇੰਟ ਸੀ ਤੇ ਜੇ ਫਿਰ ਵੀ ਤੁਹਾਨੂੰ ਚੈਕਲਿਸਟ ਦੇ ਅਕੋਰਡਿੰਗ ਫਿਰ ਵੀ ਤੁਹਾਨੂੰ ਕੁਝ ਚਾਹੀਦਾ ਹਾਂ ਇੱਕ ਹੋਰ ਜਿਹੜਾ ਡਾਕੂਮੈਂਟ ਹੈਗਾ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਮਾ ਉਹ ਮੇਰੇ ਅਕਾਊਂਟ ਸਿੱਥੇ ਪਿਆ ਹੋਣਾ ਇੱਕ ਮਿੰਟ ਹਾਂ 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 ਕਮੈਂਟ ਮੇਰੇ ਦੇ ਵਿੱਚ ਪਿਆ ਹੀ ਹਾਂ ਅ ਮਾਤਾ ਨੂੰ ਸਰਚ ਕਰਕੇ ਹੁਣ ਉਹਦਾ ਨਾਮ ਉਹ ਕਿਦਾਂ ਦਾ ਹੁੰਦਾ ਸ਼ਾਇਦ ਹੋ ਸਕਦਾ ਤੁਹਾਨੂੰ ਨਾਂ ਪਤਾ ਲੱਗਿਆ ਹੋਵੇ ਅ ਆ ਲੈ ਲਓ ਜੀ ਸੀ ਵੀ ਦੀ ਫੁੱਲ ਫਾਰਮ ਆ ਜਿਹੜੀ ਹੁੰਦੀ ਆ ਤਾਂ ਮੈਂ ਤੁਹਾਨੂੰ ਕਹਿੰਨਾ ਤੁਸੀਂ ਸੀ ਵੀ ਲਗਾਣੀ ਆ ਆਲਰੇਡੀ ਠੀਕ ਹੈ ਜੀ ਕਿਹਨਾਂ ਨੂੰ CV ਦੀ ਫੁੱਲ ਫਾਰਮ ਨਹੀਂ ਪਤਾ ਤੇ ਤਾਂ ਕਰਕੇ ਮੈਂ ਸਰਚ ਕਰਕੇ ਦੱਸਦਾ ਕਿ ਜੇ ਤੁਸੀਂ ਇਹ ਸਰਚ ਕਰੋ ਕਿ Google ਤੇ CV ਹੀ ਨਿਕਲਦਾ ਸੀ CV ਰੈਜ਼ਿਊਮ ਐਨੋ ਹੀ ਕਹਿੰਦੇ ਨੇ ਠੀਕ ਹੈ ਉਹਨਾਂ ਨੂੰ ਇਹ ਮੈਂ ਹੁਣ ਤੁਹਾਨੂੰ ਤਾਂ Google ਤੇ ਸਰਚ ਕਰਕੇ ਦੱਸਦਾ ਕਈ ਵਿਦਮਾਨ ਕਹਿੰਦੇ ਨੇ ਆਹ ਡਾਕੂਮੈਂਟ ਪਤਾ ਨਹੀਂ ਕਿਹੜਾ ਏਜੰਟ ਨੇ ਮੈਨੂੰ ਬਣਾ ਕੇ ਦੇਣਾ ਜਾਂ ਕਿਹੜਾ ਪਹਿਲਾਂ ਇਹ ਡੋਰਜੰਟ ਤੋਂ ਏਜੰਟ ਜਾਣ ਤੋਂ ਪਹਿਲਾਂ ਨਾ ਆਪਣਾ ਸਿਰ ਫੜਾਣ ਤੋਂ ਪਹਿਲਾਂ ਏਜੰਟ ਕੋ ਤੇ ਪਹਿਲਾਂ ਜਾ ਕੇ Google ਤੇ ਸਰਚ ਕਰ ਲਿਆ ਕਰੋ ਡਾਕੂਮੈਂਟ ਹੈ ਕੀ ਆ ਆਹ ਦੇਖ ਲਓ ਜੇ ਸਰਚ ਸੀਵੀ ਦੀ ਫੁੱਲ ਫਾਰਮ ਜਿਹੜੀ ਹੈਗੀ ਆ ਉਹ ਆ ਜਿਹੜੀ ਆ ਠੀਕ ਹੈ ਉਹਨਾਂ ਦੇ ਲੋਅ ਦੇ ਔਨਲਾਈਨ ਲਿਖਿਆ ਪਿਆ ਉਹਨਾਂ ਨੇ ਤੁਸੀਂ ਆਲਰੇਡੀ ਤੁਹਾਨੂੰ ਮੈਂ ਸੀਵੀ ਦੱਸਤਾ ਕਿੱਥੇ ਬਣਾਉਣਾ ਫਿਰ ਵੀ ਤੁਹਾਨੂੰ ਜੇ ਓਖ ਲੱਗਦੀ ਹੈ ਔਰੋ ਪਾਸ ਤੋਂ ਜਾ ਕੇ ਮੈਂ ਤੁਹਾਨੂੰ ਦੱਸ ਦਿੰਦਾ ਔਰੋ ਪਾਸ ਤੋਂ ਜਾ ਕੇ ਤੁਸੀਂ ਇੱਥੋਂ ਯੂਰੋਪ ਪਾਸੇ ਤੁਸੀਂ ਇੱਥੇ ਵੀ ਜਾ ਕੇ ਆਪਣਾ ਇੱਥੇ ਵੀ ਜਾ ਕੇ ਸੀਵੀ ਤਿਆਰ ਕਰ ਸਕਦੇ ਹੋ ਫ੍ਰੀ ਆਫ ਕੋਰਸ ਦੇ ਵਿੱਚ ਹੁਣ ਹੁਣ ਫ੍ਰੀ ਆਫ ਕੋਰਸ ਦੇ ਵਿੱਚ ਜਾ ਕੇ ਇੱਥੇ ਕਰ ਸਕਦੇ ਹੋ ਤੁਸੀਂ ਆਲਰੇਡੀ ਜਦੋਂ ਮਰਜੀ ਜਾ ਕੇ ਇਹਨਾਂ ਨੂੰ ਆਲਰੇਡੀ ਇਹਦੇ ਦੇ ਉੱਤੇ ਆ ਦੇਖੋ ਇੰਗਲਿਸ਼ ਦੇ ਵਿੱਚ ਸਾਰਾ ਕੁਝ ਦੱਸਿਆ ਆ ਲੌਗ ਇਨ ਕਰੋ ਕ੍ਰੀਏਟ ਆਪਣਾ ਆਪਣਾ ਸਾਰਾ ਕੁਝ ਬਣਾਓ ਜਿਹੜਾ ਤੁਹਾਨੂੰ ਜਿਹੜੇ ਐਕਸਪੀਰੀਅੰਸ ਦੇ ਵਿੱਚ ਚਾਹੀਦਾ ਤੁਸੀਂ ਜਾ ਕੇ ਆਪਣਾ ਸੀਵੀ ਤਿਆਰ ਕਰ ਸਕਦੇ ਹੋ ਆਲਰੇਡੀ ਠੀਕ ਹੈ ਐਜੂਕੇਸ਼ਨ ਵਾਸਤੇ ਜੌਬ ਵਾਸਤੇ ਜਾਂ ਕਿਸੇ ਵੀ ਵਾਸਤੇ ਸੀਵੀ ਆਪਣਾ ਤਿਆਰ ਕਰ ਸਕਦੇ ਹੋ ਆਲਰੇਡੀ ਠੀਕ ਹੈ ਬਾਕੀ ਆਲਰੇਡੀ ਜਿਹੜੇ ਜਿਹੜੇ ਮੇਨ ਮੇਨ ਪੁਆਇੰਟ ਹੀ ਉਹ ਸਾਰੇ ਮੈਂ ਤੁਹਾਨੂੰ ਕਲੀਅਰ ਕਰ ਦਿੱਤੇ ਨੇ ਹੁਣ ਚਲਦੇ ਆ ਫਿਰ ਵੀਡੀਓ ਦੇ ਉੱਤੇ ਵੀਡੀਓ ਤੇ ਕਰਦੇ ਆ ਗੱਲਬਾਤ ਅੱਜ ਹੁਣ ਵੀਡੀਓ ਦੇ ਉੱਤੇ ਕਿਦਾ ਕਿ ਤੁਹਾਨੂੰ ਸਾਰਾ ਕੁਝ ਹੁਣ ਮੈਂ ਕੰਪਿਊਟਰ ਦੇ ਦੱਸਦਾ ਹਾਂ ਹਰ ਇੱਕ ਚੀਜ਼ ਮੈਂ ਤੁਹਾਨੂੰ ਐਕਸਪਲੇਨ ਕਰਤੀ ਹੈ ਤੇ ਫਿਰ ਤੁਹੇ ਜੇ ਤੁਹਾਨੂੰ ਫਿਰ ਵੀ ਕੋਈ ਕੁਐਸਚਨ ਹੋਏਗਾ ਫਿਰ ਵੀ ਕੋਈ ਸਵਾਲ ਜਵਾਬ ਹੋਏਗਾ ਤੋ ਕਮੈਂਟ ਬਾਕਸ ਦੇ ਵਿੱਚ ਮੈਨੂੰ ਜ਼ਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਆਪਣੇ ਫਰੈਂਡਸ ਨਾਲ ਕਰਿਆ ਕਰੋ ਤਾਂ ਕਿ ਹਰ ਇੱਕ ਦੀ ਮਦਦ ਹੋ ਸਕੇ ਨਾ ਜਿਹੜਾ ਵੀ ਜੇ ਇਹਦੇ ਤੁਸੀਂ ਜੇ ਤੁਹਾਡੇ ਕੋਈ ਕੇ ਆਂ ਦੀ ਇਦਾਂ ਹੀ ਮਦਦ ਹੋ ਸਕੇ ਸਾਰਿਆਂ ਨੂੰ ਤੇ ਜਿੰਨਾ ਜਿਨਾਂ ਨੂੰ ਵੀ ਹੋਰ ਵੀ ਕੋਈ ਚਾਹੀਦਾ ਜੇ ਤੁਹਾਨੂੰ ਤੁਸੀਂ ਕਿਦਾਂ ਐਪਲੀਕੇਸ਼ਨ ਫਾਰਮ ਭਰਨਾ ਹੈ ਉਹਦੀ ਵੀ ਵੀਡੀਓ ਨੈਕਸਟ ਟਾਈਮ ਲੈ ਕੇ ਆ ਰਿਹਾ ਮੈਂ ਬਹੁਤ ਜਲਦੀ ਤੇ ਵਰਕ ਪਰਮਿਟ ਦੀ ਵੀ ਵੀਡੀਓ ਵੀ ਐਡਿੰਗ ਤੇ ਚੱਲ ਰਹੀ ਹੈ ਵਰਕ ਪਰਮਿਟ ਦੀ ਵੀ ਵੀਡੀਓ ਖਤਮ ਹੈ ਉਹ ਬਣਾ ਕੇ ਤੁਹਾਨੂੰ ਨੈਕਸਟ ਵੀਕ ਪੋਸਟ ਕੀਤੀ ਜਾਏਗੀ ਤੇ ਜਿਨਾਂ ਨੂੰ ਵੀ ਜਿਨਾਂ ਨੇ ਵੀ ਕੁਐਸਚਨ ਪੁੱਛੇ ਨੇ ਕੁਐਸਚਨ ਐਂਡ ਆਨਸਰ ਤੇ ਵੀ ਵੀਡੀਓ ਬਣਾਈ ਜਾਏਗੀ ਕੁਐਂਡੀ ਤੇ ਵੀ ਤੇ ਹੋਣ ਦੀ ਮੈਂ ਤੁਹਾਨੂੰ ਪਹਿਲੀ ਗੱਲ ਦੱਸਦੀ ਆ ਕਿ ਜਿੰਨਾ ਹੁਣ ਮੈਂ ਸਟੈਪ ਬਾਈ ਸਟੈਪ ਸਾਰੇ ਹਰ ਇੱਕ ਚੀਜ਼ ਐਕਸਪਲੇਨ ਕੀਤੀ ਆ ਤੇ ਪਲੀਜ਼ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਵਾਂ ਜਿਹੜੇ ਕੰਮ ਤੋਂ ਮੈਂ ਤੁਹਾਨੂੰ ਰੋਕਦਾ ਉਹੀ ਕੰਮ ਤੇ ਤੁਸੀਂ ਮੈਨੂੰ ਨਾ ਫੋਨ ਤੇ ਲਿਖਿਆ ਕਰੋ ਕਿ ਭਾਜੀ ਸਾਡੀ ਫਾਈਲ ਤਿਆਰ ਕਰ ਦਿਓ ਤੇ ਸਾਡੇ ਤੋਂ ਪੈਸੇ ਲੈ ਲਿਓ ਤੇ ਫਿਰ ਮੇਰੇ ਚ ਤੇ ਏਜੰਟ ਚ ਕੀ ਫਰਕ ਰਹਿ ਜਾਂਦਾ ਕਿ ਜੇ ਮੈਂ ਵੀ ਪੈਸੇ ਲੈ ਕੇ ਤੁਹਾਡਾ ਕੰਮ ਕਰਾਂ ਜੇ ਮੇਰੇ ਲਈ ਵੀ ਤੁਹਾਨੂੰ ਬੈਨੀਫਿਟ ਨਾ ਮਿਲ ਸਕੇ ਫ੍ਰੀ ਆਫ ਕੋਸਟ ਦੇ ਵਿੱਚ ਨਾ ਤੁਸੀਂ ਆਪਣੇ ਆਪਣੇ ਕੰਮ ਤੇ ਆਪਣਾ ਕੰਮ ਤੇ ਥੋੜਾ ਜਿਹਾ ਐਫਰਟ ਲਗਾਓ ਤੇ ਤੁਸੀਂ ਆਪਣੀ ਫਾਈਲ ਆਪ ਹੀ ਤਿਆਰ ਕਰ ਸਕਦੇ ਹੋ ਬਾਕੀ ਤੁਹਾਨੂੰ ਕਿਦਾਂ ਮੋਟੀਵੇਸ਼ਨ ਲੈਟਰ ਚਾਹੀਦਾ ਉਹ ਵੀ ਮੈਨੂੰ ਮੈਂ ਦੱਸ ਦਵਾਂ ਜੀ ਕਮੈਂਟ ਬਾਕਸ ਤੇ ਮੈਂ ਤੁਹਾਨੂੰ ਉਹ ਵੀ ਸੈਂਡ ਕਰਦਾਗਾ ਟੈਂਪਲੇਟ ਤੁਸੀਂ ਐਡਿਟ ਕਰਕੇ ਆਪਣਾ ਨਾਮ ਤੇ ਲਗਾ ਹੀ ਸਕਦੇ ਹੋ ਨਾਮ ਆਪਣਾ ਲਿਖਣਾ ਤੇ ਡੇਟ ਆਵਰਤ ਲਿਖਣੀ ਪਾਸਵਰਡ ਨੰਬਰ ਲਿਖਣਾ ਉਹ ਤੇ ਆਪਣਾ ਸਕੂਲ ਨੰਬਰ ਲਿਖਣਾ ਇੰਨਾ ਤੇ ਬੰਦਾ ਐਡਿਟ ਕਰ ਸਕਦਾ ਇੰਨਾ ਤੇ ਤੁਸੀਂ ਐਡਿਟ ਕਰਿਆ ਕਰੋ ਤੇ ਜਿਹੜਾ ਬੰਦਾ ਹੁਣ ਇਸ ਟਾਈਮ ਬੰਦਾ 20 ਬਾਈ ਲੱਖ ਰੁਪਇਆ ਲਾ ਕੇ ਜਰਮਨ ਆਉਂਦਾ ਪਿਆਣਾ ਉਹ ਤੇ ਮੈਂ ਕਹਿੰਨਾ ਕੋਟ ਡੋਬਰ ਉਹ ਬੰਦੇ ਨੂੰ ਇੰਨੇ ਓਪਰਚੁਨਿਟੀ ਜਰਮਨ ਦਿੰਦਾ ਪਿਆ ਤੁਹਾਨੂੰ ਤੇ ਫਿਰ ਵੀ ਤੁਸੀਂ ਇੰਨਾ ਪੈਸਾ ਏਜੰਟ ਨੂੰ ਦਿੰਨੇ ਪਿਓ ਤੇ ਧਿਆਨ ਕੇ ਫਿਰ ਵੀ ਠੱਕੇ ਖਾਣੇ ਪਿਓ ਕੱਚੇ ਹੋ ਕੇ ਜਾ ਕੇ ਪੁਰਤਗਲ ਜਾਣੇ ਪਿਓ ਤੇ ਥੋੜਾ ਜਿਹਾ ਆਪਣੇ ਦਿਮਾਗ ਲਾਇਆ ਕਰੋ ਆਪਣਾ ਆਵਜਾ ਕੇ ਜੇ ਤੁਹਾਡੇ ਲਾਗੇ VFS ਦਾ ਦਫਤਰ ਹੈਗਾ ਜਰਮਨ ਦਾ ਫਿਰ ਜਲੰਧਰ ਦੇ ਵਿੱਚ ਹੈਗਾ ਅੰਮਦਾਬਾਦ ਦੇ ਵਿੱਚ ਹੈਗਾ ਦਿੱਲੀ ਦੇ ਵਿੱਚ ਹੈਗਾ ਚੰਡੀਗੜ੍ਹ ਦੇ ਵਿੱਚ ਹੈਗਾ ਉੱਥੇ ਜਾ ਕੇ ਚੈੱਕ ਲਿਸਟ ਲਿਆ ਕੇ ਕੈਟਾਗਰੀ ਤੁਹਾਡੀ ਕਿਹੜੀ ਹੈਗੀ ਆ ਉਹਦੇ ਅਕੋਰਡਿੰਗ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਿਆ ਕਰੋ ਤੇ ਬਾਕੀ ਰਹਿਣ ਵਾਲੀ ਗੱਲ ਹੈ ਇੱਕ ਹਾਊਸ ਬਿਲਡਿੰਗ ਵੀਜ਼ੇ ਤੇ ਭਾਈ ਰਾਜਪਾਲ ਜੀ ਹੋਰਾਂ ਨੇ ਵੀਡੀਓ ਬਣਾਈ ਹੈ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਉਹ ਵੀਡੀਓ ਵੀ ਕੈਟਾਗਰੀਕ ਹੈਗੀ ਆ ਉਹ ਵੀਡੀਓ ਤੁਸੀਂ ਜਾ ਕੇ ਜ਼ਰੂਰ ਦੇਖਿਓ ਭਾਈ ਦਾ ਚੈਨਲ ਵੀ ਸਬਸਕ੍ਰਾਈਬ ਕਰਿਓ ਤੇ ਬਾਕੀ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤਾਂ ਕਿ ਹਰ ਇੱਕ ਬੰਦੇ ਦਾ ਭਲਾ ਹੋ ਸਕੇ ਅੱਗੇ ਵੀ ਤੇ ਬਾਕੀ ਵਾਇਰਲ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰ ਭਰ